लिक्विड कंजप्शन एंड स्मोकिंग इज इंजीरियस टू हेल्थ। शराब पीना ते सिगरेट पीना सेहत वास्ते हानिकारक है। स्लिप ते खड़े होने वेले मैं ध्यान रखता सी कि मेथों कोई कैच ना छुटे, क्योंकि इसकी कीमत मेरी टीम नू मैच हार के चुकानी पैंदी। तुहानू भी ध्यान रखना है कि तुहाड़ी सेहत बर्बाद ना होवे। धूम्रपान अते तंबाकू चबाना तुहाड़े जीवन नू खत्म कर सकता है। समझदार बनो, तंबाकू तो दूर रहो। रन आउट होना पैड़ा लगता है जब बैटिंग चंगी होवे। ये तदों ही होता है जब तुहाडी गलती होए या फिर तुहाडे पार्टनर की गलती होवे। तंबाकू नुकसान पहुंचाता है, भावे तुसी कर रहे हो या तुहाडे आले दुआले कोई कर रहा होवे। समझदार बनो, तंबाकू तो दूर रहो, रन आउट होने तो बचो। ਤੁਸੀਂ ਡਰੋ ਨਾ, ਅਸੀਂ ਇੱਥੇ ਤੁਹਾਡੀ ਮਦਦ ਲਈ ਆਏ ਹਾਂ। ਮਿਨ ਫਦਲ ਕਲਾ ਤੁਫਾਕੂ ਅੰਨਾ ਸਫਿਆਤੀ ਲ ਮੂਸਾ ਇਦਾਤੀ ਕਮ। ਪਲੀਜ਼ ਡੋਂਟ ਫੀਅਰ ਫਰਮ ਅਸ, ਵੀ ਵਿਲ ਗਿਵ ਯੂ ਫੂਡ ਐਂਡ ਸ਼ੈਲਟਰ। ਪਲੀਜ਼ ਕਮ, ਪਲੀਜ਼ ਕਮ।
ਮੇਰਾ ਪੁੱਤ? ਕੁਛ ਨਹੀਂ, ਸੋਚ ਰਹੀ ਸੀ ਕਿ ਇੰਨੇ ਵੀ ਮਾੜੇ ਹਾਲਾਤ ਹੋ ਸਕਦੇ ਆ ਇਨਸਾਨ ਦੇ। ਹੋ ਸਕਦੇ ਆ ਪੁੱਤਰ, ਇਸ ਕੈਂਪ ਚ ਆਉਣ ਤੋਂ ਪਹਿਲਾਂ ਇਹਨਾਂ ਲੋਕਾਂ ਦੀ ਜੋ ਹਾਲਤ ਸੀ, ਜੇ ਤੂੰ ਆਪਣੀ ਅੱਖਾਂ ਨਾਲ ਵੇਖ ਲੈਂਦੀ ਸ਼ਾਇਦ ਤੈਨੂੰ ਇਨਸਾਨੀਅਤ ਨਾਲ ਨਫ਼ਰਤ ਹੋ ਜਾਂਦੀ। ਉਸ ਛੋਟੀ ਜਿਹੀ ਬੱਚੀ ਨੂੰ ਵੇਖ ਰਹੀ ਹੈ? ਇਹਨੂੰ ਇਹ ਨਹੀਂ ਪਤਾ ਕਿ ਇਹਦੇ ਮਾਂ ਬਾਪ ਕਿੱਥੇ ਆ। ਉਹ ਬੁੱਢੀ ਔਰਤ ਇਹਦੀਆਂ ਅੱਖਾਂ ਦੇ ਸਾਹਮਣੇ ਇਹਦੇ ਦੋ ਜਵਾਨ ਬੇਟਿਆਂ ਨੂੰ ਕਤਲ ਕਰ ਦਿੱਤਾ ਗਿਆ। ਇੱਥੇ ਜਿੰਨੇ ਵੀ ਲੋਕ ਆ ਉਹਨਾਂ ਕੋਲ ਆਪਣੀ ਜਾਨ ਤੋਂ ਇਲਾਵਾ ਗਵਾਉਣ ਲਈ ਕੁਛ ਵੀ ਨਹੀਂ। ਸਮਝ ਨਹੀਂ ਆਉਂਦੀ ਕਿ ਇਹਨਾਂ ਲੋਕਾਂ ਨੇ ਰੱਬ ਨੂੰ ਭੁਲਾ ਦਿੱਤਾ ਜਾਂ ਰੱਬ ਨੇ ਇਹਨਾਂ ਲੋਕਾਂ ਨੂੰ। ਇਹ ਕੁਦਰਤ ਦਾ ਅਸੂਲ ਹੈ, ਵਕਤ ਹਮੇਸ਼ਾ ਬਦਲੀ ਜਾਂਦਾ। ਕਦੀ ਤੁਸੀਂ ਵਕਤ ਨੂੰ ਹਰਾ ਦਿੰਦੇ ਤੇ ਕਦੀ ਵਕਤ ਤੁਹਾਨੂੰ ਹਰਾ ਦਿੰਦਾ। ਅਸੀਂ ਵੀ ਹਾਰੇ ਹੋਏ ਵਕਤਾਂ ਚੋਂ ਲੰਘੇ। ਮੀਰ ਮੰਨੂ ਦਾ ਵਕਤ ਜਦੋਂ ਸਿੱਖ ਕੈਦੀਆਂ ਨੂੰ ਖਾਣ ਦੇ ਨਾਂ ਤੇ ਸਿਰਫ ਕੋੜੇ ਮਿਲਦੇ ਸਨ। ਔਰਤਾਂ ਦੇ ਗਲੇ ਚ ਰਾਣੀ ਹਾਰ ਦੀ ਥਾਂ ਉਹਨਾਂ ਦੇ ਬੱਚਿਆਂ ਦੇ ਕੀਤੇ ਟੋਟੇ ਪੁਆਏ ਜਾਂਦੇ ਸਨ। ਉਹ ਵਕਤ ਜਦੋਂ ਹਾਥੀ ਘੋੜਿਆਂ ਤੋਂ ਵੱਧ ਮੁੱਲ ਸਿੱਖਾਂ ਦੇ ਵੱਡੇ ਹੋਏ ਸਿਰਾਂ ਦਾ ਮਿਲਦਾ ਸੀ। ਕਿ ਤਪਦੀ ਧਰਤੀ ਤੇ ਡਿੱਗੇ ਪਾਣੀ ਦੇ ਪਹਿਲੇ ਖਤਰੇ ਨੂੰ ਪਨਾਹ ਹੋਣਾ ਹੀ ਪੈਂਦਾ ਹੈ ਤੇ ਆਜ਼ਾਦੀ ਦਾ ਬੂਟਾ ਖੂਨ ਨਾਲ ਸਿੰਜਿਆ ਹੀ ਫਲਦਾਰ ਹੁੰਦਾ ਹੈ। ਸਾਡਾ ਵੀ ਖੂਨ ਡੁੱਲਿਆ ਤੇ ਬਹੁਤ ਡੁੱਲਿਆ ਤੇ ਫੇਰ ਆਇਆ ਸਾਡੀ ਆਪਣੀ ਧਰਤੀ ਤੇ ਸਾਡਾ ਆਪਣਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਖਾਲਸੇ ਦਾ ਰਾਜ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਇੱਥੇ ਹੋਰ ਕੋਈ ਨਹੀਂ ਰਹਿ ਸਕਦਾ। ਇਹ ਨਾ ਹੀ ਕਿਸੇ ਮਹਾਰਾਜਾ ਦਾ ਦਰਬਾਰ ਹੈ ਤੇ ਨਾ ਹੀ ਰਣਜੀਤ ਸਿੰਘ ਜੀ, ਇਹ ਖਾਲਸੇ ਦਾ ਦਰਬਾਰ ਹੈ, ਖਾਲਸੇ ਦਾ। ਇੱਥੇ ਸਭ ਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਏਗਾ। ਤੁਹਾਡੀਆਂ ਆਪਣੀਆਂ ਜ਼ਮੀਨਾਂ ਤੁਹਾਡੇ ਆਪਣੇ ਨਾਂ ਤੇ ਰਹਿਣਗੀਆਂ। ਇੱਥੇ ਹਰ ਕਿਸੇ ਨੂੰ ਆਪਣੇ ਆਪਣੇ ਧਰਮ ਨੂੰ ਨਿਭਾਉਣ ਦਾ ਪੂਰਾ ਪੂਰਾ ਹੱਕ ਦਿੱਤਾ ਜਾਏਗਾ। ਖੂਨ ਤਾਂ ਸਾਡਾ ਵੀ ਡੁੱਲਿਆ, ਫਿਰ ਸਾਨੂੰ ਆਜ਼ਾਦੀ ਕਿਉਂ ਨਹੀਂ ਮਿਲੀ? ਆਜ਼ਾਦੀ ਸਿਰਫ ਖੂਨ ਡੁੱਲਣ ਨਾਲ ਨਹੀਂ ਮਿਲਦੀ। ਆਜ਼ਾਦੀ ਲਈ ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਆ, ਇੱਕ ਸੋਚ ਤੇ ਇੱਕ ਜਜ਼ਬਾ। ਜਦੋਂ ਦੋਵੇਂ ਚੀਜ਼ਾਂ ਮਿਲ ਜਾਂਦੀਆਂ ਤਾਂ ਇੱਕ ਮੋਹਰੀ ਪੈਦਾ ਹੁੰਦਾ ਤੇ ਜਦੋਂ ਉਸ ਮੋਹਰੀ ਦਾ ਖੂਨ ਡੁੱਲਦਾ ਹੈ ਤਾਂ ਆਜ਼ਾਦੀ ਦੀ ਲਹਿਰ ਸ਼ੁਰੂ ਹੋ ਜਾਂਦੀ ਹੈ। ਮਨ ਸਹਿਲ ਹਦੀਸ ਵਲਕਿਨ ਸਅਬਤ ਲਤਹਮਲ। ਮੈਂ ਮਹਿਜ਼ ਗੱਲਾਂ ਨਹੀਂ ਕਰ ਰਿਹਾ, ਇਹ ਸੰਤਾਪ ਸਾਡੇ ਵਡੇਰਿਆਂ ਨੇ ਹੰਡਾਇਆ ਹੈ। ਜਿਸ ਖੁੱਲੀ ਹਵਾ ਚ ਅੱਜ ਅਸੀਂ ਸਾਹ ਲੈ ਰਹੇ ਹਾਂ ਇਹ ਉਹਨਾਂ ਵਡੇਰਿਆਂ ਦੇ ਸਿਵਿਆਂ ਦੇ ਉੱਤੋਂ ਦੀ ਹੋ ਕੇ ਲੰਘੀ ਆ। ਮੈਂ ਉਹਨਾਂ ਵਡੇਰਿਆਂ ਦੀ ਗੱਲ ਕਰ ਰਿਹਾ ਜਿਹੜੇ ਉਹਨਾਂ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਰਹੇ, ਜਿਹੜੇ ਸਾਡੀਆਂ ਸਰਹੱਦਾਂ ਚ ਆ ਬੈਠੇ ਸੀ। ਭਰਾਓ, ਕੰਮ ਧੰਦੇ ਛੱਡ ਕੇ ਆਇਆ ਮੈਂ, ਹੋਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਵਾਏ ਆਜ਼ਾਦੀ ਦੇ। ਇਹ ਜਿਹੜੇ ਗੋਰੇ ਆ ਨਾ ਬਾਪੂ ਜੀ, ਇਹ ਸਾਨੂੰ ਸਲੇਵ ਕਹਿੰਦੇ, ਇਹਦਾ ਮਤਲਬ ਉਹ ਸਾਨੂੰ ਗੁਲਾਮ ਸਮਝਦੇ ਆ।
ते तुहाडी मात भूमि नूं कोई गुलाम आखे ए तो होर माड़ी गल की हो सकदी मेरे वीरो। इसलिए हंबड़ा मारो, सानू आजादी लैनी पैनी आ। आजादी की तो लैनी है पचित्तर सिया। ओए दा कहना है आजादी साबा तो बापू जी। पचित्तर सिया मैनू तो लगदा आपां आजादी आ। अपना देश अपना हुक्म आजादी ओनू कहंदे है। जदों दफ्तरां च जाके सीधे पुछांगे कि कम क्यों नहीं होया। जदों पंजाब दा नफा पंजाब च रहू इंग्लैंड नहीं जाऊ। जदों अपने देश अपना राज हो इनू आजादी कहंदे है। भाई राज करना तो गोरिया दा काम है, सातों दा हल ही चलू। एक दिन हल भी नहीं चलना ताया। गल सीधी आ ताया, चोर हमेशा उसे घर च चोरी करदा जिहड़े घर च लोकी बेफिकरी दी नींद सौंदे। दुनिया हमेशा तो ही उहनूं दबाउंदी आई आ जिहड़ा अपने आप नूं कमजोर समझदा। आ गोरे कहिंदे असीं तुहाडे मुल्क च तरक्की लै के आए हां। काहदी तरक्की? पहला राजा मूहरे सिर झुकदा सी, हुण गोरिया मूहरे। तरक्की उदों आउंदी है जदों सारिआं नूं नाल लै के चलिआ जावे। ताया कदे सोचिआ सारे अफसर गोरे क्यों हुंदे? क्यों असीं उहनां नूं सलूट मारदे हां? ਉਹ ਭਲਾ ਸਾਨੂੰ ਸਲੂਟ ਕਿਉਂ ਨਹੀਂ ਮਾਰਦੇ? ਤੁਸੀਂ ਸਾਰੇ ਮੈਨੂੰ ਆਪਣਾ ਸਾਥ ਦਿਓ ਤੇ ਵਕਤ ਦਿਓ, ਬਾਕੀ ਸਭ ਆਪਣੇ ਆਪ ਹੋ ਜਾਣਾ। ਅਗਲੀ ਸੰਗਰਾਂਦ ਤੇ ਮੈਨੂੰ ਉਮੀਦ ਹੈ ਮੈਨੂੰ ਇਸ ਤੋਂ ਦੁੱਗਣਾ ਇਕੱਠ ਮਿਲੂ ਇੱਥੇ, ਉਹ ਵੀ ਸਾਡੇ ਵਾਲੇ ਪਾਸੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਚੰਗਾ ਜੀ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸਤਿ ਸ੍ਰੀ ਅਕਾਲ। ਬੜੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਏ, ਪਰ ਇਹ ਕੰਮ ਗੱਲਾਂ ਨਾਲ ਨਹੀਂ ਹੋਣੇ ਚਾਚਾ। ਭਾਈ ਬਚਿੱਤਰ ਵਰਗਾ ਜੇਰਾ ਕਰਨਾ ਪੈਣਾ ਸਾਨੂੰ ਸਾਰਿਆਂ ਨੂੰ। ਲਓ ਜੀ ਸਰ, ਤੁਹਾਡੇ ਲਈ ਬਲੈਕ ਕਾਫੀ ਔਰ ਮੈਡਮ ਤੁਹਾਡੇ ਲਈ ਚਾਹ ਘੱਟ ਚੀਨੀ ਵਾਲੀ। I like your dedication, Dayal Singh. ਜੀ, He is the most loyal person I have ever seen, isn't he, John? Perhaps. Madam. He served us for 10 long years, being honest to us. Don't you think we should do something for him? Yes. Yes, of course, dear. Sir, meri ek benti si. Mere munde nu fauj vich naukri dewa deo. Please, darling. Okay. Bulao. If he deserves it. He will get it. Bahut bahut shukriya sir. Bahut bahut shukriya. You're welcome. Bahut bahut. Thank you so much, dear. Anything for you, Hannah. Tu hi samjha raha hai Kartar ko re je samjhda tha. Meri ta gal vaso bahar hai hun. Jaan samne jande hi nu naukri de deni hai. Kuch mahine di training, us to baad samne inu apne naal rakh lena. Sir nu jana, sham nu mudana, kare da kare. ਸੁੱਖ ਨਾਲ ਪੁੱਤ, ਤੂੰ ਦੋ ਜਮਾਤਾਂ ਪੜਿਆ ਹੋਇਆ ਹੈ, ਹੋ ਸਕਦਾ 2-4 ਸਾਲ ਲਾ ਕੇ ਕੋਈ ਅਹੁਦਾ ਮਿਲ ਜਾਏ ਹੈ? ਨਹੀਂ ਪਤਾ ਤਾਂ ਲੱਗੇ ਮੇਰੇ ਪੁੱਤ ਨੇ ਕਿਉਂ ਨਹੀਂ ਕਰਨੀ ਨੌਕਰੀ। ਉਹ ਬੇਬੇ, ਉਹਨੂੰ ਨੌਕਰੀ ਨਹੀਂ ਕਹਿੰਦੇ, ਉਹਨੂੰ ਗੁਲਾਮੀ ਕਹਿੰਦੇ ਆ, ਗੁਲਾਮੀ। ਉਹ ਤੂੰ ਕੀ ਚਾਹੁੰਦਾ? ਗੋਰੇ ਤੇਰੇ ਸਲੂਟ ਮਾਰਨ ਚੱਕਿਆ ਗੁਲਾਮੀ ਦਾ? ਮੇਰਾ ਤਾਂ ਜੀ ਕਰਦਾ ਜਾਨ ਸਾਹਿਬ ਦੀ ਪਿਸਤੌਲ ਲੈ ਕੇ ਨਾ ਆ ਤੇਰੇ ਤਾਰੇ ਮਾਸਟਰ ਦੀ ਠਿੱਕ 'ਚ ਮਾਰਾਂ ਗੋਲੀ, ਜਿਹਨੇ ਤੇਰਾ ਦਿਮਾਗ ਘੁਮਾ ਰੱਖਿਆ। ਪਰਦੇਸੀ ਬੰਦੇ ਤੇ ਮੰਗਵੇਂ ਹਥਿਆਰ ਤੇ ਇੰਨਾ ਮਾਣ ਨਹੀਂ ਕਰੀਦਾ ਬਾਪੂ। ਨਾਲੇ ਤੂੰ ਦੇਖ ਲਈ, ਜਿੱਦਣ ਤਾਰੇ ਚਾਚੇ ਵਰਗੇ ਬੰਦੇ ਆਪਣੇ ਦੇਸ਼ ਚੋਂ ਮੁੱਕ ਗਏ ਨਾ, ਇਹਨਾਂ ਗੋਰਿਆਂ ਨੇ ਅਨਾਜ ਬੀਜਣ ਦੇ ਨਾਲ ਨਾਲ ਖਾਣ ਦਾ ਵੀ ਕਰ ਲਿਆ ਕਰਨਾ ਆਪਣੇ ਤੋਂ। ਸੱਜਣ ਪੁੱਤ, ਇਹਦੇ ਇੰਨੇ ਵੱਡੇ ਸਾਹਿਬ ਨੇ ਤੈਨੂੰ ਆਪ ਮਿਲਣ ਵਾਸਤੇ ਬੁਲਾਇਆ। ਉਹ ਕਰਤਾਰਪੁਰੇ, ਇਹਦੇ ਕਰਮਾਂ 'ਚ ਸੁੱਖ ਨਹੀਂ ਲਿਖਿਆ, ਇਹਨੇ ਇੱਥੇ ਹੀ ਮਿੱਟੀ ਨਾਲ ਮਿੱਟੀ ਹੁੰਦੇ ਰਹਿਣਾ, ਹੁੰਦਾ ਰਹੇ। ਨਾਲੇ ਹਾਨਾ ਮੇਮ ਨੇ ਵੀ ਇਹਦੀ ਸਿਫਾਰਿਸ਼ ਕੀਤੀ ਸੀ, ਵਿਚਾਰੀ ਹਾਨਾ। ਇਹ ਹਾਨਾ ਹਾਨਾ ਬਾਲਾ ਨਹੀਂ ਕਰੀ ਜਾਂਦਾ, ਮੈਨੂੰ ਤਾਂ ਇਹਦਾ ਫਿਕਰ ਹੋਈ ਜਾਂਦਾ। ਮੈਂ ਜਾਨ ਸਾਹਿਬ ਨੂੰ ਪਤਾ ਨੀ ਕੀ ਮੂੰਹ ਦਿਖਾਉਂਗਾ,
ਇਹਨੇ ਤਾਂ ਨੌਕਰੀ ਕਰਨੀ ਨੀ, ਮੇਰੀ ਨੌਕਰੀ ਛਡਾਓ। ਆਏ ਹਾਏ ਦੁੱਧ ਤਾਂ ਪੀ ਲੈਂਦੇ, ਹੋਰ ਪੜਾ ਦੁੱਧ ਉਹਨੂੰ ਜਿਹੜਾ ਪਹਿਲਾਂ ਹੀ ਹਨਾ ਨੀ ਕਰਨ ਹਟਦਾ। ਤੂੰ ਨਾ ਮੇਰੇ ਕੋਲ ਛਿੱਤਰ ਨਾ ਖਾ ਲਈ, ਆਪਣੇ ਪਿਓ ਦੀ ਮਨ ਵੀ ਲਿਆ ਕਰ ਕਦੀ। ਕਮਾਲ ਕਰਦਾ ਚਾਚੇ ਤੂੰ, ਇੰਨਾ ਚਿਰ ਹੋ ਗਿਆ ਤੈਨੂੰ ਹੱਕਾਂ ਦਾ ਰੌਲਾ ਪਾਉਂਦੇ ਨੂੰ, ਹੁਣ ਤੂੰ ਮੈਨੂੰ ਕਹੀਏ ਨਾ ਨੌਕਰੀ ਲੱਗ ਜਾ। ਸੱਜਣ, ਮੇਰਾ ਦਾਦਾ ਕਹਿੰਦਾ ਹੁੰਦਾ ਸੀ, ਕੰਧ ਜਿੱਡੀ ਉੱਚੀ ਕੱਢੀ ਹੋਵੇ ਨਾ, ਨੀ ਉਨੀ ਡੂੰਘੀ ਰੱਖਣੀ ਪੈਂਦੀ ਹੈ। ਸਾਡਾ ਟੀਚਾ ਬਹੁਤ ਵੱਡਾ ਹੈ, ਇਹ ਇਕੱਲੇ ਸਾਰੇ ਪਿੰਡ ਦੇ ਲੋਕਾਂ ਨੂੰ ਸੁਣਾ ਕੇ ਪੂਰਾ ਨੀ ਹੋਣਾ, ਪੂਰੇ ਲੋਕਾਂ ਨਾਲ ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਕੰਮ ਕਰਦੇ ਨੇ ਨਾ, ਇਹ ਗੱਲ ਉਹਨਾਂ ਤੱਕ ਪਹੁੰਚਾਉਣੀ ਪੈਣੀ। ਸਾਡੀ ਗੱਲ ਕਿਸੇ ਨੇ ਨੀ ਸੁਣਨੀ, ਨਾਲੇ ਤੈਨੂੰ ਪਤਾ ਸਿੱਲਾ ਬਰੂਦ ਕਦੇ ਅੱਗ ਫੜਦਾ। ਤਾਂਹੀਓ ਤਾਂ ਕਹਿੰਦਾ ਸੱਜਣ, ਤੇਰੇ ਚ ਸੇਕ ਵੀ ਹੈ ਤੇ ਅੱਗ ਵੀ, ਸੇਕ ਨਾਲ ਸਿੱਲ ਖਤਮ ਹੋ ਜਾਣੀ ਹੈ ਤੇ ਅੱਗ ਨਾਲ ਧਮਾਕਾ ਹੋ ਜਾਣਾ। ਸੱਚ ਪੁੱਛੇ ਤਾਂ ਕੱਖ ਨੀ ਪੱਲੇ ਪਿਆ, ਬਾਕੀ ਤੂੰ ਕਹਿੰਦਾ ਤਾਂ ਮੰਨ ਲੈਣਾ, ਆਖਰ ਲਾਹੌਰੋਂ ਪੜ੍ਹ ਕੇ ਆਇਆ ਭਾਈ ਤੂੰ। ਸੱਜਣਾ ਇਹ ਗੱਲ ਮਖੌਲ ਦੀ ਨਹੀਂ ਹੈ, ਸੁੱਤਿਆਂ ਨੂੰ ਜਗਾਉਣ ਲਈ ਪਿੰਡੋਂ ਬਾਹਰ ਨਿਕਲਣਾ ਹੀ ਪੈਣਾ। ਤੂੰ ਕਹਿੰਦਾ ਸੀ ਨਾ ਬਚਿੱਤਰ ਸਿੰਘ ਬਣਨਾ ਪੈਣਾ, ਤੂੰ ਕਿਸਮਤ ਵਾਲਾ ਹੈ ਕਿ ਤੈਨੂੰ ਇਸ ਰਾਹ ਤੇ ਤੁਰਨ ਦਾ ਮੌਕਾ ਮਿਲ ਰਿਹਾ ਹੈ। ਪਰ ਇੱਕ ਗੱਲ ਯਾਦ ਰੱਖੀ, ਰਾਹਾਂ ਤੁਰ ਤੁਰ ਕੇ ਹੀ ਬਣਦੀਆਂ, ਸਮਝ ਗਿਆ ਨਾ? ਹਾਂ ਬੱਚੋ ਬੋਲੋ। ਠੀਕ ਰਹੀ ਹਾਂ, ਬਹਿ ਜਾ। ਸਰ ਜੀ ਗੁੱਡ ਮਾਰਨਿੰਗ। ਮਾਰਨਿੰਗ। ਇਹ ਜੀ ਮੇਰਾ ਮੁੰਡਾ ਹੈ ਸੱਜਣ। ਸੱਜਣ ਤੇਰੇ ਫਾਦਰ ਦੀ 10 ਸਾਲ ਦੀ ਮਿਹਨਤ ਕਰਕੇ ਮਿਲ ਰਹੀ ਹੈ, ਤੇਰੇ ਕੋਲ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਗਲਤੀਆਂ ਤਾਂ ਅਸੀਂ ਪਹਿਲਾਂ ਹੀ ਬਹੁਤ ਕਰ ਲਈਆਂ, ਮੈਂ ਇੱਥੇ ਗਲਤੀਆਂ ਦੁਹਰਾਉਣੀ ਹੈ। ਸਰ ਜੀ ਇਹ ਕਹਿ ਰਿਹਾ ਜੀ ਆਪਣਾ ਕੰਮ ਪੂਰੀ ਇਮਾਨਦਾਰੀ ਔਰ ਜਜ਼ਬੇ ਨਾਲ ਕਰੇਗਾ। You are fortunate to be able to join the Indian British Army. ਮੈਂ ਸੱਜਣ ਸਿੰਘ ਪਿੰਡ ਮਾਣੀ ਸਿਆਣ। ਮੈਂ ਤੇਰਾ ਸਿੰਘ ਪਿੰਡ ਸੰਗਤਪੁਰਾ। ਉਹ ਬਸ ਬਸ ਯਾਰ, ਕਿੰਨੀ ਵਾਰ ਦੱਸੇਗਾ ਤੂੰ? ਵੈਸੇ ਮੈਂ ਤੇਜਾ ਸਿੰਘ, ਪਿੰਡ ਚੱਕ 34। ਤੇਰੇ ਯਾਰ ਗੁੱਸਾ ਨਾ ਕਰੀ, ਦੇਖਣ ਨੂੰ ਤੂੰ ਠੰਡਾ ਜਿਹਾ ਹੀ ਲੱਗਦਾ।
ਐਵੇਂ ਪਿੰਡ ਹੱਟੀ ਉੱਟੀ ਖੋਲ ਲਾ ਯਾਰ, ਕਿੱਧਰ ਫੌਜ ਦੇ ਚੱਕਰਾਂ 'ਚ ਪਿਆ ਹੋਇਆ ਤੂੰ? ਵੀਰੇ ਹੱਟੀਆਂ ਉੱਟੀਆਂ ਦਾ ਕਿੱਥੇ ਲੋੜਾਂ ਪੂਰੀਆਂ ਹੁੰਦੀਆਂ ਨੇ? ਬਾਪ ਨਿੱਕੇ ਹੁੰਦੇ ਚਲਾ ਗਿਆ ਸੀ ਤੇ ਸਾਰੀ ਕਬੀਲਦਾਰੀ ਦਾ ਬੋਝ ਮੇਰੇ ਤੇ ਪੈ ਗਿਆ, ਘਰ ਦਾ, ਬੇਬੇ ਦਾ। ਫਿਰ ਇਹ ਲੋੜਾਂ ਤਾਂ ਸਰਕਾਰੀ ਤਨਖਾਹਾਂ ਨਾਲ ਹੀ ਪੂਰੀਆਂ ਹੋਣਗੀਆਂ। ਇਹ ਵੀ ਹੈ ਬਾਲਾ ਕੈੜਾ ਤਾਂ ਮੈਨੂੰ ਤੂੰ ਵੀ ਨੀ ਲੱਗਦਾ, ਤੂੰ ਕੀ ਕਰਦਾ ਫੌਜ? ਗੱਲ ਕੈੜੇ ਨਰਮ ਵਾਲੀ ਨੀ ਹੈਗੀ ਵੀਰ, ਮੇਰੇ ਚ ਤਾਂ ਅੱਗ ਹੀ ਬਹੁਤ ਹੈ। ਛੋਟੇ ਹੁੰਦੇ ਨਾ ਮੈਨੂੰ ਹਥਿਆਰਾਂ ਦਾ ਬਾਲਾ ਸ਼ੌਂਕ ਸੀ, ਹੁਣ ਇਹ ਸ਼ੌਕ ਪਗਾਉਣ ਲਈ ਜਾਂ ਤਾਂ ਡਾਕੂ ਬਣਨਾ ਪੈਣਾ ਸੀ ਜਾਂ ਫੌਜੀ। ਬਾਅਦ ਚ ਮੈਂ ਸੋਚਿਆ ਡਾਕੂ ਪੁਣੇ ਚ ਨਾ ਬਦਨਾਮੀ ਬਹੁਤ ਹੈ, ਫਿਰ ਮੈਂ ਆ ਗਿਆ ਫੌਜ ਚ। ਵੀਰ ਉੱਡਦੇ ਕਾਉਂ ਦੀ ਪਿੱਠ ਚ ਤੀਰ ਮਾਰ ਦਿੰਦਾ ਮੈਂ। ਗਿੱਟੇ ਜੋੜ ਕੇ ਝੂਠ ਬੋਲਦਾ, ਪੂਰਾ ਹਵਾ ਨੀ ਲੰਘਣ ਦਿੰਦਾ। ਹੋਰ ਕੀ, ਕਾਂ ਕਿਤੇ ਪਿੱਠ ਤੇ ਪਾਰ ਉੱਡ ਦੇਣ। ਵੈਸੇ ਤੂੰ ਕਿਵੇਂ ਆਇਆ ਫੌਜ ਚ? ਉਹ ਭਾਈ ਮੇਰਾ ਮਕਸਦ ਬਹੁਤ ਡੂੰਘਾ ਹੈ। ਅਭੀ 24 ਨੰਬਰ ਕਮਰਾ ਕਿੱਥੇ ਹੈ? ਲੈ ਕੋਰ ਆ ਗਿਆ 24 ਵਾਲਾ। ਹੁਣ ਤੂੰ ਵੀ ਦੱਸ ਦੇ ਭਾਈ ਕੌਣ ਆ ਤੂੰ? My name is Lakshman Das, son of Kishori Das, from Amritsar. ਹੈ ਜੀ ਇੱਧਰ ਆ ਉੱਧਰ। ਓਰੇ ਤੂੰ ਤਾਂ ਯਾਰ ਅੰਗਰੇਜ਼ੀ ਬਾਹਲੀ ਤਕੜੀ ਬੋਲਦਾ ਹੈ ਜੀ, ਇੱਧਰ ਕਿੱਧਰ ਪਹੁੰਚ? ਲਾਲਾ ਜੀ ਮੇਰੇ ਅੰਗਰੇਜ਼ਾਂ ਦੇ ਮੁਸ਼ੀ ਨੇ ਤੇ ਮੇਰਾ ਮਕਸਦ ਬਹੁਤ ਉੱਚਾ ਹੈ ਵੀਰੇ, ਵੱਡਾ ਅਫਸਰ ਬਣਨਾ ਫੌਜ ਚ ਮੈਂ। ਕਿਸੇ ਦਾ ਮਕਸਦ ਉੱਚਾ, ਕਿਸੇ ਦਾ ਡੂੰਘਾ, ਆ ਪਤਾ ਨੀ ਮੇਰਾ ਮਕਸਦ ਹੀ ਵਿੱਚ ਵਿਚਾਲੇ ਚ ਰੁਲਿਆ ਫਿਰਦਾ। ਚਲੋ ਵੀ 24 ਵਾਲੇ ਆ ਜਾਓ। ਉਹ ਕੋਈ ਹੋਰ ਹੈ 24 ਵਾਲਾ? ਚਲ ਭਰਾ ਦੋ ਵੀ। Cadets, good morning. My name is Edward Brown. I am your training in charge. Jump time. Yes, sir. Sab to pehla, army de 10 rule. Discipline, honor, and punctuality. Apne to vadde afsaran nu izzat deni, te har kam time te karna. Kade bhi late nahi hona. Training vich, kise nu bhi chutti nahi milugi. Koi bhi ghar nahi ja sakta. ਆਰਮੀ ਦੀ ਟ੍ਰੇਨਿੰਗ ਬਹੁਤ ਸਖਤ ਹੁੰਦੀ ਆ, ਤੁਸੀਂ ਤਿਆਰ ਹੋ? ਜੀ ਸਰ। ਮਾਹੌਲ ਖਰਾਬ ਕਰ ਲਿਓ ਵੀ, ਜੇ ਤੁਸੀਂ ਮੈਨੂੰ ਛੇਤੀ ਪਾਸ ਕਰਤਾ ਤੇ ਨਵਿਆਂ ਰੰਗਰੂਟਾਂ ਨੇ ਦਿਲ ਛੱਡ ਜਾਣਾ। ਗੱਲ ਤਾਂ ਤੇਰੀ ਸਿਆਣੀ ਸੀ ਬੰਬ ਚਾਚਾ, ਗੱਲ ਤਾਂ ਸ਼ੁਰੂ ਹੋਣੀ ਛੋਟੇ ਵੀਰ। ਅੱਗੇ ਸੁਣ, ਮੈਨੂੰ ਅਜੇ ਭਰਤੀ ਹੋਇਆ ਸਾਲ ਹੀ ਹੋਇਆ ਸੀ, ਉਹ ਮੁਲਕਾਂ ਦੇ ਲੜਾਈ ਲੱਗ ਗਈ। ਹਾਂ, ਬਸ ਅੱਧੀ ਕੁ ਰਾਤ ਦਾ ਟਾਈਮ, ਮੱਠੀ ਮੱਠੀ ਵਗੇ ਹਵਾ ਤੇ ਸਾਨੂੰ ਸੱਜਰੀ ਮਦਦ ਦਾ ਸੁਨੇਹਾ ਆ ਗਿਆ, ਕਿਸੇ ਕਾਰਨ ਕਰਕੇ ਸਾਡੇ ਕੋਲ ਮਦਦ ਹੋ ਨਾ ਸਕੀ। ਆਹ ਤਾਂ ਬਹੁਤ ਮਾੜਾ ਹੋਇਆ। ਹਾਂ, ਬਸ ਉਸ ਰਾਤ ਸਾਡੇ ਬੜੇ ਫੌਜੀ ਸ਼ਹੀਦ ਹੋਏ। ਬਸ ਫੇਰ ਕੀ ਸੀ, ਅਗਲੀ ਸਵੇਰ ਦਾ ਚੜਿਆ ਸੂਰਜ। ਚਾਚਾ ਸੂਰਜ ਇਧਰੋਂ ਚੜਦਾ? ਤੂੰ ਇਧਰੋਂ ਚੜਾ ਲਾ ਵਿੱਚ ਟੋਕੂ ਐਵੇਂ। ਅਗਲੀ ਸਵੇਰ ਦਾ ਚੜਿਆ ਸੂਰਜ, ਇਧਰੋਂ ਚੜਿਆ ਕਰਨਲ ਫਿਲਿਪਸ ਨੂੰ ਗੁੱਸਾ। ਉਹਨੇ ਮੈਨੂੰ ਮਾਰੀ ਆਵਾਜ਼, ਕਹਿੰਦਾ ਮੇਲਾ ਸਾਹਿਬ। ਮੈਂ ਕਿਹਾ ਜੀ ਜਨਾਬ। ਕਹਿੰਦਾ ਫੜ ਬੰਬਾਂ ਵਾਲੀ ਗੱਡੀ ਦੀ ਚਾਬੀ। ਮੈਨੂੰ ਲੱਗਦਾ ਕਿ ਅਬ ਤੁਮੇ ਕੁਝ ਸਮਝਾਣੇ ਕੀ ਜ਼ਰੂਰਤ ਨਹੀਂ ਹੈ। ਨਾ ਫੇਰ ਸਮਝਾਉਣ ਨੂੰ ਕੀ ਡੋਕੇ ਰਹਿ ਗਏ। ਮੈਂ ਵੀ ਸਾਹਿਬ ਨੂੰ ਆਹੋ ਹੀ ਕਿਹਾ। ਬਸ ਛੋਟੇ ਵੀਰ, ਫਿਰ ਮੈਂ ਨਹੀਂ ਵੇਖਿਆ ਕੋਈ ਅਫਗਾਨੀਆਂ ਦਾ ਵੱਡਾ ਛੋਟਾ। ਮੈਂ ਪਾਇਆ ਗੱਡੀ ਦਾ ਗੇੜ, ਬਸ ਦੇ ਬੰਬ, ਲੈ ਬੰਬ, ਕੋਠੇ ਤੇ ਬੰਬ, ਗਿੱਟਿਆਂ ਚ ਬੰਬ, ਇਧਰ ਕੱਠਾਂ ਚ ਬੰਬ। ਡਰ ਨਾ, ਪੋਸਟ ਵਾਪਸ ਲੈ ਕੇ ਮੁੜੇ ਛੋਟੇ ਵੀਰ। ਚਾਚੇ ਤੇਰੀ ਜੱਜਮੈਂਟ ਕਿਹੜੀ ਸੀ? ਪੰਜਾਬ ਚ ਪੰਜਾਬ ਮਲਕਾਂਦ ਵਾਲੀ ਲੜਾਈ 45 ਸਿੱਖ ਨੇ ਲੜੀ ਹੈ, ਕੋਈ ਸ਼ੱਕ ਹੈ? ਪਹਿਲਾਂ ਮੈਂ ਤੇਰੀ ਬਹੁਤ ਇੱਜ਼ਤ ਕਰਦਾ ਸੀ ਚਾਚੇ,
ਹੁਣ ਦੁੱਗਣੀ ਕਰਦਾ। ਬਸ ਬਸ ਇੱਕ ਫੌਜੀ ਉਹ ਦੂਜੇ ਫੌਜੀ ਦੀ ਕਦਰ ਜਾਣ ਸਕਦਾ, ਫੌਜ ਦੀ ਪਿੱਠ ਲੱਗ ਨਾ ਜਾਂਦੀ। ਬਸ 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 ਬਈ ਮੈਂ ਤੈਨੂੰ ਦੱਸਦਾ ਵੀ ਇਹ ਮੁੰਡਾ ਮੇਰੇ ਤੋਂ ਕੋਈ ਨਾ ਕੋਈ ਸਿੱਖ ਕੇ ਜਾਊਗਾ। ਲਓ ਵੀ ਮੈਂ ਤੁਹਾਨੂੰ ਹੁਣ ਦੱਸਦਾ, ਹਾਂ ਲੰਬਰਦਾਰ ਸੁਨੇਹਾ ਦੇ ਕੇ ਗਿਆ ਤੈਨੂੰ ਫੌਜ ਵਾਲਿਆਂ ਨੇ ਵਾਪਸ ਬੁਲਾਇਆ। ਅੱਛਾ ਕਿਉਂ ਜ਼ਿੱਦ ਕਰੀ ਜਾਂਦੇ ਸੱਜਣਾ? ਮੈਂ ਜਾਨ ਸਾਹਿਬ ਨਾਲ ਗੱਲ ਕਰ ਲੈਣਾ, ਉਹ ਸਾਡੀ ਕਿਸੇ ਗੱਲ ਨੂੰ ਮਨਾ ਨਹੀਂ ਕਰਨਗੇ। ਕਿਹੜੀ ਗੱਲ ਕਰੇਗਾ ਬਾਪੂ ਜੌਨ ਨਾਲ ਤੇ ਕਿਹੜੀਆਂ ਕਿਹੜੀਆਂ ਗੱਲਾਂ ਕਰੇਗਾ? ਪਹਿਲਾਂ ਤੇਰੀ ਜਿੱਦ ਸੀ ਕਿ ਮੈਂ ਗੋਰਿਆਂ ਕੋਲ ਕੰਮ ਕਰਾਂ, ਤੇ ਹੁਣ ਜਦੋਂ ਕੰਮ ਦੀ ਵਾਰੀ ਆਈ ਹੈ ਤੂੰ ਚਾਹੁੰਦਾ ਮੈਂ ਪਿੱਠ ਦਿਖਾ ਕੇ ਦੌੜਾਂ। ਠੀਕ ਹੈ ਵੱਡਿਆ ਸਿਆਣਿਆ, ਮੇਰੇ ਤੋਂ ਗਲਤੀ ਹੋ ਗਈ ਗਲਤੀ ਮੈਂ ਤੋਂ, ਮਾਫ਼ ਕਰ ਦੇ ਮੈਨੂੰ। ਪਰ ਹਲੇ ਵੀ ਮੇਰੀ ਉੱਥੇ ਇੰਨੀ ਸੁਣੀਂਦੀ ਹੈ ਕਿ ਸਾਹ ਤੈਨੂੰ ਆਪਣੇ ਘਰ ਰੱਖ ਲੈਣਗੇ ਕਿਸੇ ਨਾ ਕਿਸੇ ਕੰਮ ਵਾਸਤੇ। ਫਿਰ ਸਾਡੇ ਤੇ ਗੋਰਿਆਂ 'ਚ ਕੀ ਫ਼ਰਕ ਰਹਿ ਗਿਆ? ਜਿਵੇਂ ਉਹ ਆਪਣੇ ਮਤਲਬ ਲਈ ਸਾਨੂੰ ਖਾਈ ਜਾਂਦੇ ਆ, ਅਸੀਂ ਆਪਣੇ ਮਤਲਬ ਲਈ ਬੈਠੇ ਉਹਨਾਂ ਦੀਆਂ ਤਰਖਾਹਾਂ ਖਾਈ ਜਾਈਏ। ਇਹ ਨਹੀਂ ਹੋਣਾ ਮੇਰੇ ਤੋਂ। ਉਹ ਤੂੰ ਕਿਉਂ ਚੁੱਪ ਕਰੀ ਬੈਠੀ ਹੈ, ਬੋਲਦੀ ਕਿਉਂ ਨਹੀਂ? ਸੱਜਣ ਸੱਜਣਾ ਤੂੰ ਮੇਰੀ ਗੱਲ ਸਮਝਦਾ ਕਿਉਂ ਨਹੀਂ? ਤੂੰ ਮੇਰਾ ਇੱਕੋ ਇੱਕ ਪੁੱਤ ਹੈ, ਮੈਂ ਤੈਨੂੰ ਦੇਖ ਦੇਖ ਜੂ ਨਾ ਸੱਜਣਾ। ਤੈਨੂੰ ਪਤਾ ਵੀ ਹੈ ਕਿੰਨੀ ਵੱਡੀ ਜੰਗ ਲੱਗੀ ਹੈ, ਤੂੰ ਮੁੜ ਕੇ ਵਾਪਿਸ ਆਵੇ ਜਾਂ ਬਾਪੂ ਇੱਕ ਵਾਰ ਖੜ ਕੇ ਪਿੱਠ ਵਿਖਾਉਣਾ ਵੀ ਤਾਂ ਮੌਤ ਦੇ ਬਰਾਬਰ ਹੈ। ਨਾਲੇ ਪਿੰਡ ਵਾਲੇ ਕੀ ਕਹਿਣਗੇ ਕਿ ਦਿਆਲ ਸਿੰਘ ਨੇ ਪਹਿਲਾਂ ਤਾਂ ਮੁੰਡਾ ਫੌਜ 'ਚ ਭਰਤੀ ਕਰਾ ਲਿਆ, ਹੁਣ ਜੰਗ ਲੱਗੀ ਤੋਂ ਡਰ ਗਿਆ। ਕਰਤਾਰਪੁਰੇ ਸਮਝਾਣਾ ਜੇ ਇਹਨੂੰ ਸਮਝਾ ਸਕਦੀ ਹੈ ਤੇ। ਚੱਲਣ ਦਿਓ ਜੀ, ਮੈਂ ਪੁੱਤ ਜੰਮਿਆ ਇਹਨੂੰ ਦਰਵਾਜ਼ਿਆਂ 'ਚ ਬੰਦ ਕਰਕੇ ਨਹੀਂ ਰੱਖ ਸਕਦੀ। ਮੈਂ ਇਹਨੂੰ ਨਿੱਕੇ ਹੁੰਦੇ ਤੋਂ ਹੀ ਸਮਝਾਉਂਦੀ ਆਈ ਹਾਂ ਕਿ ਕਦੇ ਨਹੀਂ ਡਰਨਾ, ਜਿਹੜਾ ਕੰਮ ਸ਼ੁਰੂ ਕਰਨਾ ਉਹਨੂੰ ਸਿਰੇ ਚੜ੍ਹਨਾ, ਭਾਵੇਂ ਲੱਖ ਔਕੜਾਂ ਆਉਣ ਤੇ ਆਪਣੇ ਕਹੇ ਬੋਲਾਂ ਤੇ ਖੜਨਾ। ਤੇ ਅੱਜ ਅੱਜ ਕਿਵੇਂ ਕਹਿ ਦਿਆ ਕਿ ਉਹ ਸਾਰੀਆਂ ਗੱਲਾਂ ਝੂਠ ਸਨ? Thank you.
with us? Yes. Really? Which regiment? Lahar Division, Indian British Army. Oh my god. What chance have we got of winning now? ਕੀ ਕਹਿੰਦੇ ਸੂਬੇਦਾਰ ਸਾਹਿਬ ਇਹ? ਕੁਝ ਨਹੀਂ, ਚਲਾ। Do you realize it's Germans you are fighting? Do these men even know how to handle their rifles? Time will tell everything. Don't worry. Time will tell. We'll see if you're trained for that. And my grandmother says we have the most intelligent government in the world. ਇਹ ਕਹਿੰਦੇ ਕੀ ਹੈ ਲਕਸ਼ਮਣ? ਇਹ ਕਹਿੰਦਾ ਤੁਹਾਨੂੰ ਬੰਦੂਕ ਫੜਨੀ ਆਉਂਦੀ ਹੈ ਔਰ ਟ੍ਰੇਨਿੰਗ ਮਿਲੀ ਹੈ। ਬੰਦੂਕ ਫੜਨ ਦੀ ਗੱਲ ਕਰਦੇ ਆ ਜਾਨ? ਨਹੀਂ ਸੂਬੇਦਾਰ ਸਾਹਿਬ, ਇਹਨਾਂ ਨੂੰ ਜਵਾਬ ਦੇਣਾ ਹੀ ਪੈਣਾ। ਲਕਸ਼ਮਣ ਕਹਿੰਦੇ ਨੂੰ ਆਉਂਦੀ ਆ ਸਾਨੂੰ ਬੰਦੂਕ ਫੜਨੀ, ਪਰ ਤੇਰੇ ਵਰਗੇ ਨੂੰ ਅਸੀਂ ਬਿਨਾਂ ਬੰਦੂਕ ਤੋਂ ਪਿੱਛੋਂ ਚੀਰ ਦਈਏ। Sorry, sir. I apologize on the behalf of Sachin Singh. It won't happen again. As you were. Yes, sir. Sachin Singh, jawaab hoya hai. Okay to na hove. Je jang ladni hai te jitni hai. ਫਿਰ ਮੇਰੀ ਇੱਕ ਗੱਲ ਸੁਣ ਕਾਕਾ, ਇੱਥੋਂ ਠੰਡਾ ਰਹਿ, ਇੱਥੋਂ ਗਰਮ ਰਹਿ, ਸਮਝੇ? ਸੂਬੇਦਾਰ ਸਾਹਿਬ, ਉਹ ਸਾਨੂੰ ਗਾਲਾਂ ਕੱਢਣ ਤੇ ਅਸੀਂ ਉਹਨਾਂ ਲਈ ਗੋਲੀਆਂ ਮੂਹਰੇ ਖੜੀਏ? ਨਾਰਥ ਵੈਸਟ ਫਰੰਟ ਤੇ ਮੈਂ ਲੜਾਈਆਂ ਲੜੀਆਂ ਤੇ ਜਿਹੜੀਆਂ ਗੋਲੀਆਂ ਦੀ ਤੂੰ ਗੱਲ ਕਰਦਾ ਨਾ, ਮੈਂ ਆਪਣੇ ਸੀਨੇ ਤੇ ਹਟਾਈਆਂ, ਸਮਝੇ? ਤੇ ਆਹ ਕਦਰ ਹੋਈ ਗੋਲੀਆਂ ਖਾਣ ਤੇ ਜੀ, ਉਹ ਸਾਨੂੰ ਸਾਰਿਆਂ ਨੂੰ ਮੂਰਖ ਕਹਿ ਰਿਹਾ ਸੀ। ਇੱਜ਼ਤ ਤਾਂ ਸਾਡਾ ਹੱਕ ਹੈ, ਉਹ ਤਾਂ ਸਾਨੂੰ ਮਿਲਣੀ ਚਾਹੀਦੀ ਹੈ। ਸੱਜਣ ਸਿੰਘ, ਸਭ ਤੋਂ ਵੱਡਾ ਹੱਕ ਇਸ ਦੁਨੀਆ ਧਰਮ ਦਾ ਹੱਕ ਹੁੰਦਾ ਹੈ, ਤੇ ਉਹ ਗੋਰਿਆਂ ਨੇ ਸਾਨੂੰ ਦਿੱਤਾ ਹੋਇਆ। ਤੂੰ ਸਿੱਖ ਹੈ, ਤੂੰ ਮੁਸਲਮਾਨ ਹੈ, ਤੂੰ ਹਿੰਦੂ ਹੈ, ਕਮ ਸੇ ਕਮ ਤੂੰ ਸਾਡੇ ਧਰਮਾਂ ਦਾ ਨਿਰਾਦਰ ਤੇ ਨਹੀਂ ਕਰਦੇ? ਨਹੀਂ ਕਰਦੇ ਨਾ? ਸਾਨੂੰ ਜ਼ਬਰਦਸਤੀ ਧਰਮ ਬਦਲਣ ਵਾਸਤੇ ਤਾਂ ਨਹੀਂ ਕਹਿੰਦੇ? ਜੋ ਮਰਜ਼ੀ ਕਹੋ ਸੂਬੇਦਾਰ ਸਾਹਿਬ, ਅਸੀਂ ਇੱਥੇ ਉਹਨਾਂ ਦੀ ਮਦਦ ਲਈ ਆਏ ਹਾਂ, ਉਹਨਾਂ ਤੋਂ ਗਾਲਾਂ ਖਾਂਦੀਆਂ। ਬਸ ਇਹੀ ਫਰਕ ਹੈ ਤੇਰਿਆ, ਮੈਂ ਵੀ ਇੱਥੇ ਆਪਣੇ ਦੇਸ਼, ਆਪਣੇ ਪਿੰਡ ਤੇ ਆਪਣੇ ਲੋਕਾਂ ਦੀ ਖਾਤਰ ਆਇਆ, ਉਹਨਾਂ ਦੀ ਮਦਦ ਦੇ ਖਾਤਰ ਆਇਆ। ਜੇ ਆਪਾਂ ਜੰਗ ਇਹਨਾਂ ਲਈ ਜਿੱਤ ਲਈ ਤਾਂ ਆਪਣਾ ਦੇਸ਼ ਜ਼ਰੂਰ ਆਜ਼ਾਦ ਹੋਵੇਗਾ। ਮਦਦ ਕੀਤੀ ਤਾਂ ਕੀ ਕੀਤੀ, ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਸਾਰੇ, ਆਪਾਂ ਨੂੰ ਹਰ ਹਾਲ ਚ ਜੰਗ ਕੀਤੀ ਪੈਣੀ ਹੈ। ਬੇਸ਼ੱਕ ਇਹਨਾਂ ਲਈ ਆਪਾਂ ਨੂੰ ਆਪਣੀ ਜਾਨਾਂ ਦੀ ਕੁਰਬਾਨੀ ਕਰਾ ਦੇਣੀ ਪਵੇ। We must win this war. Singh. Yes, sir. Admire your passion, Zora Singh. Thank you, sir. We have to win this war. I heard about the instance between Jack and Major Campbell. If there is no apology, there will be a formal investigation. I appreciate this, sir. Thank you. Just keep your spirits high. Ek anda takde raho. Ji!
Sarwar Singh, I need to speak to you. Yes, sir. After you, sir. Keep up the good work. Rajivan, Tarik Jha! ਗੋਰਾ ਹੱਥ ਮਿਲਾ ਕੇ ਗਿਆ ਯਾਰ ਉਹ ਵੀ ਬਿਨਾਂ ਦਸਤਾਨੇ ਦੇ ਬਹੁਤ ਵੱਡੀ ਗੱਲ ਆ ਬਾਈ ਨਹੀਂ ਗੋਰੇ ਅਫਸਰ ਤਾਂ ਮੈਂ ਸੁਣਿਆ ਜੰਗਲ ਪਾਣੀ ਜਾਣ ਲੱਗਿਆ ਵੀ ਦਸਤਾਨੇ ਨੀ ਲਾਉਂਦੇ ਓਏ ਮੁੰਡਿਓ ਓ ਬਈ ਸੱਜਣ ਨੂੰ ਪੁੱਛ ਲੋ ਵੀ ਇਹਨੇ ਉੱਤੇ ਪੈਣਾ ਕਿ ਥੱਲੇ ਕਿਤੇ ਮੈਂ ਕੰਬਣ ਵਿਗਾ ਕਰਦਾ ਰਹਿਣਾ ਤੇ ਮਗਰ ਮਲਕ ਦੇਣੀ ਆ ਕੇ ਕਵੇ ਵੀ ਇੱਥੇ ਪੈਣਾ ਤੇ ਮੇਰਾ ਹੱਕ ਆ ਅੱਜ ਕੱਲ ਗੱਲ ਗੱਲ ਤੇ ਹੱਕਾਂ ਵਾਲਾ ਟਰੰਕ ਖੋਲ ਲੈਂਦਾ ਏ ਹਰ ਵਾਰ ਲੱਗਦਾ ਸੀ ਬਈ ਗੋਰੇ ਵੀਰ ਜੋ ਵੀ ਕਹਿੰਦੇ ਆ ਨਾ ਉਹ ਸਹੀ ਕਹਿੰਦੇ ਆ ਪਰ ਅੱਜ ਉਹ ਵੀ ਵਹਿਮ ਦੂਰ ਹੋ ਗਿਆ ਯਾਰ ਸਹੀ ਗੱਲ ਆ ਯਾਰ ਸੱਜਣ ਵੀਰੇ ਮੈਨੂੰ ਆਪਣੇ ਨਾਲ ਹੀ ਰੱਖੀ ਪਹਿਲੀ ਵਾਰੀ ਕਿਸੇ ਗੋਰੇ ਨੇ ਦੇਸੀ ਬੰਦੇ ਦੀ ਗੱਲ ਸੁਣੀ ਹੋਣੀ ਹੈ ਜੇ ਸੱਚ ਬੋਲਾਂਗੇ ਨਾ ਤੇਜੇ ਤਾਂ ਹਰੇਕ ਹੀ ਸੁਣੋ ਚਾਹੇ ਗੋਰਾ ਚਾਹੇ ਕਾਲਾ ਨਾਲੇ ਚਾਚੇ ਆਪਣਾ ਬਿਸਤਰਾ ਥੱਲੇ ਲਾ ਲਾ ਮੈਨੂੰ ਉੱਤੇ ਵਾਲੇ ਮੰਜੇ ਤੇ ਨੀਂਦ ਆਉਂਦੀ ਕੰਬਲ ਮੈਨੂੰ ਦੋ ਚਾਹੀਦੇ ਹੈ ਤੇ ਚਾਹ 4:30 ਵਜੇ ਨਹੀਂ ਤਾਂ ਮੇਰਾ ਕੀ ਪਤਾ ਸਵੇਰੇ ਉੱਠਦੇ ਹੀ ਸਮੇਂ ਤੈਨੂੰ ਸ਼ਿਕਾਇਤ ਲਾ ਦਾ ਠੀਕ ਆ ਜਿੱਦਾਂ ਤੇਰੀ ਮਰਜ਼ੀ ਤੂੰ ਮੇਰੇ ਵਾਲੇ ਕੰਬਲ ਲੈ ਲਾ ਆਪਣਾ ਕੋ ਵੰਡਿਆ ਮੁੜ ਕੇ ਪਿੰਡ ਜਾ ਕੇ ਕਵੇਂਗਾ ਬਈ ਚਾਚੇ ਨੇ ਬਗਾਨੇ ਮੁਲਕ ਚ ਬਾਹ ਨੀ ਫੜਾਈ ਓਏ ਮੈਂ ਦੰਦ ਜੇ ਕੀ ਕੱਢੀ ਜਾਂਦੇ ਆ ਕੱਲਾ ਹਾਥੀ ਮਿਲਾਇਆ ਵਾ ਤੁਹਾਨੂੰ ਪਤਾ ਜਦੋਂ ਕਰਨਲ ਫਿਲਿਪਸ ਨੇ ਮਰਕੰਦ ਵਾਲੀ ਜੰਗ ਜਿੱਤੀ ਉਹਨੇ ਮੈਨੂੰ ਰੋਟੀ ਤੇ ਘਰ ਸੱਦਿਆ ਅੱਛਾ ਇਹ ਮਰਕੰਦ ਵਾਲੀ ਲੜਾਈ ਹਲੇ ਚੱਲ ਰਹੀ ਹੈ ਤੂੰ ਬੋਤਲਾ ਬੋਲ ਕਾਕਾ ਲੈ ਵੀ ਸੁਣੋ ਕਰਨਲ ਫਿਲਿਪਸ ਨਾਲ ਮੇਰੀ ਗੱਲ ਸਿੱਧੀ ਹੋ ਗਈ ਫਿਰ ਕੇ ਤੁਸੀਂ ਕਹਿਣਾ ਵੀ ਝੂਠ ਮਾਰਦਾ ਲੈ ਮੈਂ ਫਿਰ ਬੰਬਾਂ ਵਾਲੀ ਗੱਡੀ ਲਈ ਲੈ ਕਰਨਲ ਫਿਲਿਪਸ ਦੇ ਘਰੇ ਪਹੁੰਚ ਗਿਆ ਮੈਂ ਜਾ ਕੇ ਉਹਦੇ ਬੂਹੇ ਦੇ ਮੂਹਰੇ ਲਾਈ ਗੱਡੀ ਉਹ ਸੌ ਗਏ ਹੋ ਕਿਸੇ ਦੀ ਗੱਲ ਤੇ ਸੁਣ ਲੋ ਯਾਰ ਚੱਲ ਮੰਨਿਆ ਵੀ ਬੰਬਾਂ ਵਾਲੀ ਗੱਡੀ ਦੀ ਗੱਲ ਤੁਹਾਨੂੰ ਹਜਮ ਨਹੀਂ ਆਉਣੀ ਪਰ ਯਾਰ ਰੋਟੀ ਤੇ ਮੈਨੂੰ ਸੱਦਿਆ ਸੀ ਉਹਨੇ ਚੱਲ ਰੋਟੀ ਵਾਲੀ ਗੱਲ ਵੀ ਮੰਨਿਆ ਪੱਲੋ ਲਾਉਂਦਿਆਂ ਪਰ ਪਰ ਯਾਰ ਕਿਸੇ ਸਿਆਣੇ ਦੀ ਗੱਲ ਤੇ ਸੁਣ ਦੋ ਯਾਰ ਹਾਂ ਵੀ ਮੁੰਡਿਓ ਮੰਨਦੇ ਫਿਰ ਚਾਚੇ ਨੂੰ ਮੰਨ ਗਏ ਵੀ ਚਾਚਾ ਤੈਨੂੰ ਲੈ ਕੇ ਨੀ ਕੈਂਪ ਤੋਂ ਬਾਹਰ ਲੁੱਟਣ ਵੀ ਜਾ ਰਹੇ ਬਾਹਰਲੇ ਮੁਲਕਾਂ ਦੇ ਵਾਹ ਵਾਹ ਓ ਹਾਈ I like your turban, soldier. You look so handsome. ਸਜਣਾ ਪੱਗ ਦੀ ਤਾਰੀਫ ਕਰਦੀ ਹੈ ਕਹਿੰਦੀ ਹੈ ਬੜਾ ਸੁਨੱਖਾ ਤੂੰ ਓ ਅੱਛਾ ਜੀ ਥੈਂਕ ਯੂ ਸੋ ਮੱਚ ਫॉर ਸਪੋਰਟਿੰਗ ਇਨ ਦਾ ਵਾਰ ਚਾਚਾ ਮੁੜਿਆ ਮੁੜਿਆ ਆ ਜਾ ਤੈਨੂੰ ਕੀ ਲੱਗਿਆ ਵੀ ਤੈਨੂੰ ਜੱਫੀ ਪਾਉਣ ਲੱਗੀ ਆ ਉਹ ਕਾਕਾ ਉਹ ਜੱਫੀਆਂ ਜੁਗਿਆ ਤੁਹਾਡਿਆਂ ਤੇ ਵੱਡੀ ਗੱਲ ਹੋਊਗੀ ਓਏ ਤੇ ਐਵੇਂ ਪੱਕੜ ਜੀ ਹੀ ਓਏ ਤੋ ਕਿਤੇ ਸੋਹਣੀਆਂ ਸੋਹਣੀਆਂ ਗੋਰੀਆਂ ਨਾਲ ਜੱਫੀ ਪਾਉਂਦੇ ਰਹੇ ਹੀ ਕਰਨਲ ਫਿਲਿਪਸ ਵਾਲੇ ਟਾਈਮ ਕੋਈ ਨੀ ਕੋਈ ਨੀ ਕਰ ਲਓ ਚਾਚੇ ਨੂੰ ਮਜ਼ਾਕ ਪੀ ਲਿਓ ਫਿਰ ਵੇਖੋ ਚਾਹ ਅਸੀਂ ਤਾਂ ਮਜ਼ਾਕ ਕਰਦੇ ਸੀ ਗੋਰੀਆਂ ਗਾਰੀਆਂ ਵਾਲੀ ਗੱਲ ਮਿਲਣਾ ਨੀ ਕਰਨੀ ਫਿਰ ਸੱਜਣ ਆ ਕਿੱਥੇ ਆ ਗਏ ਯਾਰ ਆਜੋ ਚਾਹ ਪਿਆਉਣਾ Don't disturb the identity keeps.
ਵੇਚਣਾ ਕੋਈ ਅੱਜ ਗੱਲ ਨਿਬੜੇ ਲੈਣ ਦਿਓ। This idiot takes 3 steps back and apologizes. He kehnda 3 kadam piche lae te maafi mang. Don't stand, idiot. 3 steps back. Say sorry. For God's sake, please. Sajjan, je aapa lade, kudi di naukri chali jaani. Would you like anything to eat or drink? Kuch khana peena? Adar kali. ਅਦਰਕ ਦੀ ਅੰਗਰੇਜ਼ੀ ਦੱਸ ਹੁਣ। Sorry, I don't know what you're asking for. ਆਪਾਂ ਆਪ ਬਣਾ ਸਕਦੇ ਹਾਂ? ਇਹ ਵੀ ਠੀਕ। ਹਾਂ ਹਾਂ ਸੱਜਣਾ, ਹੁਣ ਤੇ ਨਾਲੇ ਘਰ ਵਾਲੀ ਗੱਲ ਹੋ ਗਈ। ਐਂ ਕਰੋ ਦੁੱਧ ਪੱਤੀ ਕਰ ਲਓ। ਕਿਉਂ ਬਈ? ਹਾਂ ਸੱਚਾ ਸਹੀ ਹੈ ਸਹੀ ਹੈ। He is asking where is kitchen? Oh, I'll show you. Come on. Please come. Chicken Alfredo. Enjoy. No. This food is for the British soldiers only. Your food is through there. Put the plates back. Your food is through there. It's for the British soldiers only. Oye kehnda apni roti us passe hai. Okay. ਖਾਣ ਪੀਣ ਚ ਵੀ ਹੇਰ ਫੇਰ ਕਰਨਗੇ ਜੀ। ਰੋਟੀ ਦੀ ਲੋੜ ਤਾਂ ਹਰ ਫੌਜੀ ਨੂੰ ਬਰਾਬਰ ਹੈ ਨਾ। ਇਹ ਤੋਂ ਚੰਗੀ ਤਾਂ ਆਪਣੇ ਪਿੰਡਾਂ ਚ ਡੰਗਰਾਂ ਨੂੰ ਜੁੜਦੀ ਹੈ ਜੀ। ਕੋਈ ਨਾ, ਕਦੇ ਕਦੇ ਐ ਵੀ ਹੁੰਦਾ, ਪਰਵਾਹ ਨੀ ਕਰੀਦੀ। ਜਿਵੇਂ ਦੀ ਮਿਲਦੀ ਹੈ ਧੀਰਿਆ, ਇੱਥੇ ਕਿਹਦੇ ਕਿਹਦੇ ਨਾਲ ਲੜਾਂਗੇ ਤੇ ਕਿਹੜੀ ਕਿਹੜੀ ਗੱਲ ਤੇ ਲੜਾਂਗੇ, ਨਾਲੇ ਜੇ ਹਾਲਾਤਾਂ ਤੋਂ ਜਿੱਤਾਂਗੇ
ਤਾਂ ਤਾਂ ਦੁਸ਼ਮਣ ਤੋਂ ਜਿੱਤਾਂਗੇ। ਯਾਰ ਜੰਗ ਚ ਚਾਹੇ ਬਾਜੀਏ ਇੱਥੇ ਨੀ ਬਚਦੇ। ਪਹਿਲਾਂ 6 ਮਹੀਨੇ ਆਪਣੇ ਤੋਂ ਸਮੁੰਦਰੀ ਜਹਾਜ਼ ਤੋਂ ਸਮਾਨ ਲਾਈ ਗਏ, 3 ਮਹੀਨੇ ਹੋ ਗਏ ਪੰਜਾਬ ਪੰਜਾਬ ਮਾਰਤਾ, ਹੱਦ ਹੋ ਗਈ ਯਾਰ। ਇੱਕ ਦੋ ਇੱਕ ਸ਼ਾਬਾਸ਼, ਇੱਕ ਦੋ ਇੱਕ ਇੱਕ ਦੋ ਇੱਕ ਇੱਕ ਦੋ ਇੱਕ। ਉਹ ਕਿਉਂ ਅੰਤ ਕਰਾਈ ਜਾਂਦੇ ਸੂਬੇਦਾਰ ਸਾਹਿਬ, ਤੇ ਸਾਡੇ ਜੋ ਕੋਈ ਮਰ ਗਿਆ ਤੇ ਪੰਜਾਬ ਜਾ ਕੇ ਕੀ ਕਹੋਗੇ ਵੀ ਫੌਜ ਭੱਜ ਭੱਜ ਕੇ ਸ਼ਹੀਦ ਹੋ ਗਈ। ਲੈਲਾ ਸਿੰਘ ਜੀ, ਜੰਗ ਦੇ ਹਾਲਾਤ ਕਦੋਂ ਵੀ ਤੇ ਕਿੰਨੇ ਵੀ ਵਿਗੜ ਸਕਦੇ ਨੇ, ਇਹ ਸਭ ਕੁਝ ਤੁਹਾਨੂੰ ਤਗੜਾ ਕਰੇਗਾ ਤੇ ਦੁਸ਼ਮਣ ਨੂੰ ਜਿੱਤਣ ਦੇ ਕੰਮ ਆਵੇਗਾ, ਸਮਝੇ? ਇੱਕ ਦੋ ਇੱਕ 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 ਨਹੀਂ ਦੋ। No, not you, the other one. Haan ji, haan ji. Shakal vekhi apni. Aa ji aaya. No, no, no. The first one. Main nahi, Sajan. Subedar saab, eh te jange ne sula to bahar di gall aa. Te ne ki vech chhad ke koi fauji aivein thodi ja sakda. ਸੱਜਣ ਸਿੰਘ, ਤੇਰੇ ਲਈ 5 ਮਿੰਟ ਦੀ ਛੁੱਟੀ। ਪਹਿਲਾ ਸਿੰਘ, ਤੂੰ 4 ਤੇ ਬਾਕੀ 3-3 ਚੱਕਰ ਲਾਉਣਗੇ, ਚਲੋ। ਜਨਾਬ ਮੇਰੇ 4 ਕਿਉਂ? ਓਏ ਆਪਦਾ ਤੋੜਾ ਵੇਖਿਆ, ਚੱਲ ਜਲਦੀ ਕਰ। ਇੱਕ ਦੋ ਇੱਕ ਇੱਕ ਦੋ ਇੱਕ ਇੱਕ ਦੋ ਇੱਕ ਇੱਕ ਦੋ ਇੱਕ ਚਲੋ ਬੱਚੀ ਇੱਕ ਤੁਸੀਂ ਵੀ ਨਾਲ ਚਲੋ ਸੂਬੇਦਾਰ ਸਾਹਿਬ। ਕਿਉਂ? ਉਹ ਅੰਗਰੇਜ਼ੀ ਜ਼ਬਾਨ ਘੁਮਾ ਕੇ ਜੇ ਬੋਲਦੀ ਆ ਜੀ, ਮੈਨੂੰ ਸਮਝ ਨਹੀਂ ਆਉਣੀ। ਫਿਰ ਇੱਕ ਦੋ ਇੱਕ 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 ਦੋ ਇੱਕ ਚੱਲ ਬਸ ਕਰ। ਹਾਈ, ਯੂ ਰਿਮੈਂਬਰ ਅਦਰਕ ਵਾਲੀ ਚਾਹ? ਹਾਂਜੀ ਹਾਂਜੀ, ਅਦਰਕ ਵਾਲੀ ਚਾਹ ਜੀ। She's my sister, Nicole. She works at the Army Hospital. Hello. Hello. ਵੇਖਣ ਨੂੰ ਤੁਹਾਡੇ ਭੈਣ ਲੱਗ ਰਹੇ ਨੇ। ਕੀ ਹਸਪਤਾਲ ਦੀ ਨਰਸ ਨੇ? ਓਏ ਵੀ ਉਹੀ ਕਹਿ ਰਹੀ ਹੈ ਜੋ ਤੂੰ ਕਹਿ ਰਿਹਾ ਹੈ। ਆਹੋ। You know your other quality is very popular in my shop. Everybody's asking for it. ਓਏ ਤੂੰ ਇਹਨੂੰ ਅਦਰਕ ਵਾਲੀ ਚਾਹ ਕਦੋਂ ਬਣਾਉਣੀ ਸਿਖਾ ਗਿਆ ਹੈ? ਸੂਬੇਦਾਰ ਸਾਹਿਬ, ਮੈਂ ਆਪਣੇ ਪੀਣ ਵਾਸਤੇ ਬਣਾਈ ਸੀ ਜੀ, ਇਹਨੇ ਸਿੱਖ ਲਈ, ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਬਹੁਤ ਵਧੀਆ ਗੱਲ ਹੈ ਜੀ, ਪਰਮਾਤਮਾ ਕਰੇ ਤੁਹਾਡੇ ਦੁਕਾਨ ਦੀ ਚਾਹ ਬਹੁਤ ਵਿਕੇ। He says may God make it the best tea seller in the world. Yes. Oh, thank you so much. I think I like your company. I would like to meet you again today, this evening. Will you come? Please? ਇਹ ਤੈਨੂੰ ਪਸੰਦ ਕਰਦੀ ਹੈ ਤੇ ਸ਼ਾਮ ਨੂੰ ਤੈਨੂੰ ਮਿਲਣਾ ਚਾਹੁੰਦੀ ਹੈ, ਤੂੰ ਜਾਣਾ? ਨਹੀਂ ਸੂਬੇਦਾਰ ਸਾਹਿਬ। He doesn't want to come. I'm so sorry for that, you know. I'll see you later then. ਸੱਜਣ ਸਿੰਘ, ਬਾਹਰਲੇ ਮੁਲਕਾਂ ਚ ਕੁੜੀ ਨਾਲ ਚਾਹ ਜਾਂ ਕਾਫੀ ਪੀਣਾ ਕੋਈ ਮਾੜੀ ਗੱਲ ਨਹੀਂ, ਡਰਨਾ। ਜਾਣਾ ਚਾਹੁੰਦਾ ਤਾਂ ਜਾਏਗਾ, ਡਰਨ ਵਾਲੀ ਗੱਲ ਨਹੀਂ ਹੈ ਸੂਬੇਦਾਰ ਸਾਹਿਬ। ਮੈਂ ਬੰਨਿਆ ਹੋਇਆ ਜੀ। ਰੱਬਾ,
चक दो आ गया। वाहो आ चक चार अगे खोई आना ते बस फिर आ गया अपना पिंड। चाचे बापू नू किसी ने दसिया सी कि चक दो किसी सुच्चा सिंह उन्होंने घरे मझा विकाऊ है आप झत मारना चली जाते हैं। वो केड़े चक्कर च पै रहे हैं सज्जन आपू को वेला हो जाना है। चल तुर चल। और चाचे साहब जया कर दो दिन हो गए मैनू तेरा सावज घूमते बापू ने जाते ने ढालना जे मझा का बहाना होया ना फिर शायद बाजू। बापू जी हाँ जी ए सुच्चा सिंह उन्होंने घर कितने दिल्ली तो पहला घर सुच्चा सिंह का जी। ठीक है भाई कोई करे है, है? भाई सरदार सुच्चा सिंह जी करे है आप उत देखी बाहर कौन है दरा ते ओ केड़ा है पाई ओ पाई लंगिया अंदर ਸੁੱਚਾ ਸਿੰਘ ਜੀ ਨੂੰ ਮਿਲਣਾ ਸੀ। ਬਾਪੂ ਜੀ ਤਾਂ ਵਾਢੀਆਂ ਨੂੰ ਗਏ ਹੋਏ ਨੇ ਜੀ ਦੱਸੋ। ਓਏ ਅਸੀਂ ਸੁਣਿਆ ਸੀ ਕਿ ਤੁਸੀਂ ਆਪਣੀ ਮੱਝ ਵੇਚਣੀ ਹੈ। ਲੈ ਦੱਸੋ ਬਾਪੂ ਜੀ ਸਾਡੇ ਪਿੰਡ 'ਚ ਤਾਂ ਬਹੁਤ ਮਖੌਲੀਏ ਬੰਦੇ ਨੇ ਕਿਸੇ ਨੇ ਮਖੌਲ ਕੀਤਾ ਤੁਹਾਡੇ ਨਾਲ ਸਾਡੇ ਘਰੇ ਤਾਂ ਮੱਝ ਹੀ ਹੈ ਨਹੀਂ ਸਾਡੇ ਘਰੇ ਤਾਂ ਦੋ ਗਾਈਆਂ ਨੇ। ਚਲੋ ਸੱਜਣਾ ਓਏ ਆ ਕੀ ਓਏ ਗਲਤੀ ਲੱਗ ਗਈ ਜੀ ਫਿਰ ਸਾਨੂੰ ਪਿੰਡ ਚ ਕੋਈ ਹੋਰ ਸੁੱਚਾ ਸਿੰਘ ਜੀ ਹੋਣਾ ਜੀ। ਹਾਂਜੀ ਨਾ ਜੀ ਨਾ ਸਾਡੇ ਪਿੰਡ ਚ ਤੇ ਮੇਰੇ ਬਾਪੂ ਜੀ ਦਾ ਨਾਂ ਹੀ ਸੁੱਚਾ ਸਿੰਘ ਹੈ। ਕੌਣ ਹੈ ਪੁੱਤ? ਕੁਝ ਨਹੀਂ ਬੇਬੇ ਮੱਝ ਵੇਖਣ ਆਏ ਸੀ ਆਪਣੇ ਪਿੰਡ ਆਪਣੇ ਘਰੇ ਗਲਤੀ ਨਾਲ ਆ ਗਏ ਨੇ। ਚੰਗਾ ਪੁੱਤ। ਅੱਛਾ ਜੀ ਸਤਿ ਸ਼੍ਰੀ ਅਕਾਲ। ਚੰਗਾ ਜੀ ਸਤਿ ਸ਼੍ਰੀ ਅਕਾਲ ਜੀ। ਉਹ ਤੇ ਲੱਗੀ ਸੀ ਜੀ ਜੇ ਪਾਣੀ ਮਿਲ ਜਾਂਦਾ ਤਾਂ ਕੀ ਕਹਿੰਦੇ ਆ? ਕੁਝ ਨੀ ਬੇਬੇ ਪਾਣੀ ਮੰਗਦੇ ਆ। ਤੂੰ ਵੀ ਚੱਲੀ ਹੈ ਜਿੱਤੀ ਪਹਿਲਾਂ ਘਰ ਆ ਇਹਨੂੰ ਪਾਣੀ ਪੁੱਛੀਦਾ ਹੈ। ਚੱਲ ਹੁਣ ਲੱਸੀ ਲੂਸੀ ਪਿਆ ਇਹਨਾਂ ਨੂੰ ਥੱਕੇ ਹਾਰੇ ਆਏ ਹੋਣਗੇ ਵਿਚਾਰੇ ਇਹ ਬੱਚੇ ਵੀ ਨਾ। ਤੁਸੀਂ ਬੈਠੋ ਜੀ ਮੈਂ ਲੱਸੀ ਲੈ ਕੇ ਆਈ। ਮੈਨੂੰ ਲੱਗਦਾ ਮੂਰਖ ਤੂੰ ਬਣਾਇਆ ਮੈਨੂੰ। ਸੱਚ ਸੱਚ ਦੱਸ ਇਹ ਚੱਕਰ ਕੀ ਹੈ ਨਹੀਂ ਤਾਂ ਜੁੱਤੀ ਮਾਰੂ ਮੈਂ ਤੇਰੇ। ਚਾਚੀ ਮੈਂ ਇਸ ਘਰ ਦਾ ਪ੍ਰਾਹੁਣਾ। ਓਏ ਖਚੜਿਆ ਤੂੰ ਮੇਰੀ ਉਮਰ ਦਾ ਕੁਛ ਤਾਂ ਲਿਹਾਜ਼ ਕਰ ਲੈਂਦਾ। ਮੈਂ ਚੱਲਦਾ। ਉਹ ਚਾਚੀ ਖੜ ਤਾਂ ਸਹੀ। ਤੂੰ ਖੜ ਜਿੱਥੇ ਖੜਨਾ ਮੈਂ ਚੱਲਿਆ। ਚਾਚੇ ਬਾਪੂ ਜੀ ਕਿੱਥੇ ਗਏ? ਉਹ ਚਾਚੇ ਸਾਡੇ ਦਾ ਸੁਭਾਅ ਬਹੁਤ ਗਰਮ ਹੈ ਨਾ ਜੀ ਉਹ ਜਿਹਨੇ ਸਾਨੂੰ ਮੂਰਖ ਬਣਾਇਆ ਉਹਨੂੰ ਪੁੱਛਣ ਗਏ। ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ। ਆ ਲੱਸੀ ਤਾਂ ਪਿਲਾ ਦਿੰਦੇ ਜੀ।
ਜੀਤੀ ਮੈਂ ਮਾਣੀ ਸਿਆਲ ਤੋਂ ਸੱਜਣ ਸਿੰਘ ਤੁਹਾਨੂੰ ਇੱਥੇ ਏਦਾਂ ਨਹੀਂ ਹੋਣਾ ਚਾਹੀਦਾ ਸੀ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਸਾਡੀ ਬਦਨਾਮੀ ਹੋ ਜੂ ਗਲਤੀ ਲਈ ਮਾਫੀ ਮੈਂ ਇੱਥੇ ਆਉਣਾ ਨਹੀਂ ਸੀ ਪਰ ਖੇੜੀ ਪੈ ਗਈ ਕਹਿੰਦੀ ਮੈਂ ਮਿਲਣਾ ਮੈਂ ਮਿਲਣਾ ਐਡੀ ਦੂਰੋਂ ਆਈ ਆ ਜੀ ਰੱਜ ਕੇ ਵੇਖ ਤਾਂ ਲੈਣ ਦਿਓ ਵਿਚਾਰੀ ਨੂੰ ਤਿਆਰ ਹੋ ਜੀ ਯੈਸ ਸਰ
Okay, you have the stamina, but do you have the skill? In this exercise, you will pretend they are the German soldiers. You will face them in hand-to-hand combat. Are you ready? कहंदा थोड़े च दम बहुत है पर हम देखना है कि हाथों हाथी लड़ाई च तुसी कि डिग तकड़े हो तुसी तैयार हो जी सुभदार यू फर्स्ट तेरे आ पहला तू चल पुत्रा चल शाबाश तगड़ा रे We'll be right back.
ਜਿਨ੍ਹਾਂ ਨੂੰ ਪੱਗਾਂ ਬੰਨਣੀਆਂ ਆਉਂਦੀਆਂ ਨਾ ਉਹਨਾਂ ਨੂੰ ਪੱਗਾਂ ਸਾਂਭਣੀਆਂ ਵੀ ਆਉਂਦੀਆਂ। Consumption and smoking is injurious to health. Sharab peena te cigarette peena sehat vaste hanikarak hai. ਸਲਿਪ ਤੇ ਖੜੇ ਹੋਣ ਵੇਲੇ ਮੈਂ ਧਿਆਨ ਰੱਖਦਾ ਸੀ ਕਿ ਮੈਥੋਂ ਕੋਈ ਕੈਚ ਨਾ ਛੁੱਟੇ ਕਿਉਂਕਿ ਇਸ ਦੀ ਕੀਮਤ ਮੇਰੀ ਟੀਮ ਨੂੰ ਮੈਚ ਹਾਰ ਕੇ ਚੁਕਾਣੀ ਪੈਂਦੀ। ਤੁਹਾਨੂੰ ਵੀ ਧਿਆਨ ਰੱਖਣਾ ਹੈ ਕਿ ਤੁਹਾਡੀ ਸਿਹਤ ਬਰਬਾਦ ਨਾ ਹੋਵੇ। ਧੂਮਰਪਾਨ ਅਤੇ ਤੰਬਾਕੂ ਚਬਾਣਾ ਤੁਹਾਡੇ ਜੀਵਨ ਨੂੰ ਖਤਮ ਕਰ ਸਕਦਾ ਹੈ। ਸਮਝਦਾਰ ਬਣੋ, ਤੰਬਾਕੂ ਤੋਂ ਦੂਰ ਰਹੋ। ਰਨ ਆਊਟ ਹੋਣਾ ਪੈੜਾ ਲੱਗਦਾ ਹੈ ਜਦੋਂ ਬੈਟਿੰਗ ਚੰਗੀ ਹੋਵੇ। ਇਹ ਤਦੋਂ ਹੀ ਹੁੰਦਾ ਹੈ ਜਾਂ ਤੁਹਾਡੀ ਗਲਤੀ ਹੋਵੇ ਜਾਂ ਫਿਰ ਤੁਹਾਡੇ ਪਾਰਟਨਰ ਦੀ ਗਲਤੀ ਹੋਵੇ। ਤੰਬਾਕੂ ਨੁਕਸਾਨ ਪਹੁੰਚਾਉਂਦਾ ਹੈ ਭਾਵੇਂ ਤੁਸੀਂ ਕਰ ਰਹੇ ਹੋ ਜਾਂ ਤੁਹਾਡੇ ਆਲੇ ਦੁਆਲੇ ਕੋਈ ਕਰ ਰਿਹਾ ਹੋਵੇ। ਸਮਝਦਾਰ ਬਣੋ, ਤੰਬਾਕੂ ਤੋਂ ਦੂਰ ਰਹੋ, ਰਨ ਆਊਟ ਹੋਣ ਤੋਂ ਬਚੋ। ਸੱਜਣ ਵੀਰੇ, ਇੱਕ ਨਿੱਕੀ ਜਿਹੀ ਡਰਿੱਲ ਨੇ ਅੰਦਰੋਂ ਹਿਲਾ ਕੇ ਰੱਖਤਾ। ਜੇ ਜੰਗ ਚ ਇੱਦਾਂ ਹੋ ਗਿਆ ਉੱਥੇ ਤਾਂ ਕੋਈ ਛੁਡਾਉਣ ਵਾਲਾ ਵੀ ਨਹੀਂ ਹੋਣਾ। ਯਾਰ ਸੁਣਿਆ ਜੰਗ ਦੇ ਹਾਲਾਤ ਬਹੁਤ ਮਾੜੇ ਨੇ, ਬਰਤਾਨੀਆ ਦੇ ਬਹੁਤ ਬੰਦੇ ਮਰ ਰਹੇ ਨੇ ਤੇ ਆਪਣੇ ਵੀ ਬਹੁਤੇ ਪੱਟੜ ਨੇ। ਨਾ ਖਾਣ ਨੂੰ ਰੋਟੀ ਨਾ ਦਵਾਈ, ਤੇ ਉੱਧਰ ਜਰਮਨ ਵਾਲੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਹਥਿਆਰ ਵੀ ਉਹਨਾਂ ਕੋਲ ਵੱਡੇ ਵੱਡੇ ਨੇ, ਹਾਲਾਤ ਬਹੁਤ ਮਾੜੇ ਨੇ। ਸੱਜਣ ਵੀਰੇ, ਮੈਂ ਮਰਨਾ ਨਹੀਂ ਚਾਹੁੰਦਾ। ਬੇਬੇ ਦੇ ਕੁਝ ਸੁਪਨੇ ਨੇ, ਆਉਣ ਲੱਗਿਆਂ ਕਹਿੰਦੀ ਸੀ ਐਤਕੀ ਜਦੋਂ ਤੂੰ ਮੁੜੇਗਾ ਨਾ ਤੇਰਾ ਵਿਆਹ ਕਰ ਦੇਣਾ। ਮੈਂ ਵਿਆਹ ਕਰਾਉਣਾ ਯਾਰ, ਮੇਰੀ ਸੋਹਣੀ ਜੀ ਵਹੁਟੀ ਹੋਊਗੀ, ਆਪਣੇ ਹੱਥਾਂ ਨਾਲ ਮੈਨੂੰ ਰੋਟੀ ਖਵਾਊਗੀ। ਬੇਬੇ ਕਹਿੰਦੀ ਸੀ ਦੋ ਪੋਤੇ ਲੈਣੇ, ਮੇਰੇ ਘਰ ਦਾ ਵਿਹੜਾ ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਮੈਂ ਪੰਜਾਬ ਜਾਣਾ, ਆਪਾਂ ਮੁੜਾਂਗੇ ਨਾ ਯਾਰ। ਦੱਸ ਨਾ ਵੀਰੇ ਲਕਸ਼ਮਣ, ਆਪਾਂ ਮੁੜਾਂਗੇ ਨਾ ਯਾਰ ਪੰਜਾਬ। ਸੱਜਣ ਤੂੰ ਕੁਛ ਬੋਲਦਾ ਕਿਉਂ, ਆਪਾਂ ਮੁੜਾਂਗੇ ਨਾ ਪੰਜਾਬ ਨੂੰ। ਮੁੜੇਗਾ ਤੂੰ ਤੇਰੇ ਪੰਜਾਬ। ਆਪਾਂ ਸਾਰੇ ਮੁੜਾਂਗੇ, ਤੇਰਾ ਵਿਆਹ ਵੀ ਹੋਊਗਾ ਤੇ ਆਪਾਂ ਭੰਗੜਾ ਵੀ ਪਾਉਣਾ, ਨਾਲੇ ਤੇਜੇ ਦੇ ਜੰਗ ਕੱਲੀ ਹਥਿਆਰਾਂ ਤੇ ਬੰਦਿਆਂ ਨਾਲ ਜਿੱਤੀ ਜਾਂਦੀ ਨਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਕਦੇ ਸਰਹੰਦ ਨਾ ਫਤਿਹ ਕਰ ਪਾਉਂਦੇ। ਜੇ ਹਿੰਮਤ ਨਾਲ ਵੱਜਾਂਗੇ ਤਾਂ ਜਿੱਤ ਜਾਂਗੇ ਯਾਰ।
चाचे तू बोलता क्यों नहीं कुछ? आहो यार, ये कोई नवी गल नहीं, जंगा च आम तौर ते ये गल्लां हुंदियां रहिंदियां ने। तुसीं दिल तगड़ा करो, इतिहास गवाह आ भी लड़ाइयां हमेशा हौसले नाल जित्तियां गईयां ने। हौसले नाल ਲੈ ਵੀ ਤੁਹਾਨੂੰ ਐ ਨੀ ਸਮਝ ਲੱਗਣੀ, ਸੁਣੋ ਫਿਰ। ਲੈ ਵੀ ਕਰਨਲ ਫਿਲਿਪਸ ਨਾਲ ਇੱਕ ਵਾਰੀ ਜੰਗ ਚ ਇੱਦਾਂ ਹੀ ਹੌਸਲਾ ਹਾਰ ਗਿਆ ਤੇ ਵੀ ਮੈਨੂੰ ਮਿਲਿਆ ਸੁਣਾ ਤੇ ਮੇਰੇ ਕੋਲ ਹੀ ਗੱਲ from the base to the station. Sir! Come. Dora Singh, junior officer, Lahore Regiment, Indian British Army. Colonel George Smith ne Chris naal junior officer Zoravar Singh di pashan ek bahadur te yuddh vich mahar afsar de taur te karwai. We will arrive between points A and points B and we will get off the train. Commander Chris ne dassya कि जर्मन फौज पहला ही एक ब्रिटिश ट्रेंच ते कब्जा कर चुकी है ते दूसरी ते कब्जा करन दे लई पूरा जोर लगा रही है जिस करके ब्रिटिश फौज अग्गे नहीं बढ़ पा रही। So this time we get off the train at points A and B and then we are going to walk 7 miles through the lakes and forest until we reach our trenches. Try to reach our trenches alive. क्रिस ने अपने अफसरों को कहा कि छेती तो छेती जर्मनों को ब्रिटिश ट्रेंच विचों खदेड़ो ते आगे बढ़ो। So get them, grip them and send them back to their bloody boundaries. Understand? Yes, sir. If you just turned on the radio, Britain is at war with Germany. The world is at war with Germany. British and Indian troops will be fighting side by side in northern France on the front line. Thank you.
You will prepare yourself for battle. I need each and every man here to reach the trench alive. Are you ready? Yes, sir! Unde aap! Dushman samne! Mainu sare de sare trench vich jode chahide hai! Samjhe? Ji, sir! धीरे कोई नहीं डरना परवाह ना कर तेजे ओए थले उतर वो देख के ता वा जर्मन आले देख दे के हो जाया तेनु क्या थले उतर नहीं गोली चलाउंदा चाचे ने पूछ लिया मलकंद वाली लड़ाई जी देखे होने ओ यार मलकंद कित्थे जर्मन कित्थे कमाल करी जाने तुसी चुप रहो माड़ा मोटा माहौल भी वेख्या करो तू घबराना धीरे जर्मन फौज दे हमले तो बौखलाए ब्रिटिश अफसरां नूं कुछ समझ नहीं सी आ रहा जोरावर सिंह ने कहा कि जेकर अंदर बैठ के बैकअप यूनिट का इंतजार करते रहे तो जरूर मारे जावांगे पर जेकर बाहर निकल के लड़ांगे तो शायद बच जाइए And they will kill us all. But if we go out and attack, we have a chance of survival, sir. Yes.
ਮੇਜਰ ਮਾਰਕ ਕੈਂਪਬੈਲ ਨੇ ਜ਼ੋਰਾਵਰ ਸਿੰਘ ਦੇ ਪਲਾਨ ਨੂੰ ਨਕਾਰਦਿਆਂ ਆਪਣੀ ਰੈਜੀਮੈਂਟ ਦੇ ਕਿਸੇ ਵੀ ਅੰਗਰੇਜ਼ ਫੌਜੀ ਨੂੰ ਬਾਹਰ ਭੇਜਣ ਤੋਂ ਸਾਫ ਮਨਾ ਕਰ ਦਿੱਤਾ। ਪਰ ਕਰਨਲ ਜਾਰਜ ਸਮਿਥ ਨੇ ਕਿਹਾ ਕਿ ਉਹ ਜ਼ੋਰਾਵਰ ਸਿੰਘ ਨੂੰ ਪੂਰਾ ਸਹਿਯੋਗ ਦੇਵੇਗਾ। ਮੈਨੂੰ ਨੀ ਪਤਾ ਕਿਨੇ ਬਚਣਾ ਤੇ ਕਿਨੇ ਮਰਨਾ ਹੈ, ਪਰ ਇਸ ਤਰ੍ਹਾਂ ਲੜਿਓ ਕਿ ਜਰਮਨਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਮੱਥਾ ਕਿਹਦੇ ਨਾਲ ਲੱਗਣ ਵਾਲਾ ਹੈ। ਇਸ ਲੜਾਈ ਇਸ ਦ੍ਰਿੜਤਾ ਨਾਲ ਲੜਿਓ ਕਿ ਆਉਣ ਵਾਲੀਆਂ ਨਸਲਾਂ ਤੁਹਾਨੂੰ ਯਾਦ ਰੱਖ ਸਕਣ। ਜਰਮਨਾਂ ਕੋਲ ਹਥਿਆਰ ਵੱਡੇ ਹੋ ਸਕਦੇ ਹੈ, ਪਰ ਸਾਥੋਂ ਵੱਡੇ ਜਿਗਰੇ ਨਹੀਂ ਹੋ ਸਕਦੇ। ਜਮਕਾਰ ਦੀ ਲੜਾਈ ਦੇ ਵਿੱਚ ਜੇ ਮੁੱਠੀ ਪਾਲ ਸਿੰਘ 10 ਲੱਖ ਦੁਸ਼ਮਣਾਂ ਨੂੰ ਚਣੇ ਚਬਾ ਸਕਦੇ ਹੈ, ਤੇ ਆਪਾਂ ਜਰਮਨਾਂ ਦੇ ਨਾਲ ਮੁਕਾਬਲਾ ਕਿਉਂ ਨਹੀਂ ਕਰ ਸਕਦੇ? ਜੇ ਇੱਥੇ ਬੈਠੇ ਰਹੇ ਤਾਂ ਜ਼ਰੂਰ ਮਾਰੇ ਜਾਵਾਂਗੇ, ਜੇ ਬਾਹਰ ਨਿਕਲ ਕੇ ਲੜਾਂਗੇ ਤਾਂ ਸ਼ਾਇਦ ਆਪਣੇ ਚ ਕੋਈ ਬਚ ਜਾਵੇ। ਅਕਾਲ ਪੁਰਖ ਨੂੰ ਧਿਆ ਲਓ, ਆਪਣੀਆਂ ਆਪਣੀਆਂ ਦਸਤਾਰਾਂ ਨੂੰ ਤਾਲਾ ਬਣਾ ਲਓ ਤੇ ਆਪਣੀਆਂ ਹਿੱਕਾਂ ਨੂੰ ਪੱਥਰ, ਤਾਂ ਜੋ ਇੱਕ ਇੱਕ ਫੌਜੀ ਸ਼ਰਨੀ ਹੋ ਕੇ ਵੀ ਦੁਸ਼ਮਣ ਦੀ ਅੱਖ ਚੱਕ ਪਾ ਕੇ ਗੱਲ ਕਰ ਸਕੇ। ਮੈਨੂੰ ਮਾਣ ਹੈ ਕਿ ਜਰਮਨਾਂ ਦੀਆਂ ਗੋਲੀਆਂ ਮੁੱਕ ਜਾਣਗੀਆਂ, ਪਰ ਸਾਡੀਆਂ ਹਿੱਕਾਂ ਨਹੀਂ ਮੁੱਕਣੀਆਂ।
ਬੰਦਿਆਂ ਨੇ ਪਿੱਠਾਂ 'ਚ ਗੋਲੀਆਂ ਨਹੀਂ ਮਾਰੀਆਂ। General, Sie haben recht. Das sind Ihre Verbündeten, die Inder. German Forge upar hoye is ghatak hamle ne Germana vich halchal macha ditti. Die kämpfen für Sie, für die Engländer. Colonel Fred Kleene ne Major Baldwin nu dassya ke British Forge naal jo fauji han unhan nu Punjabi keha janda hai. Oh sir te helmet di jagah kapda ban ke lad rahe han jis nu pag keha janda hai. ਇਹ ਇੱਕ ਬਹੁਤ ਹੀ ਬੇਖੌਫ ਤੇ ਬਹਾਦਰ ਕੌਮ ਹੈ ਜੋ ਸਦੀਆਂ ਤੋਂ ਬਹਾਦਰੀ ਨਾਲ ਜੰਗਾਂ ਜਿੱਤਦੀ ਆ ਰਹੀ ਹੈ। ਇਹ ਲੋਕ ਮਰ ਜਾਣਗੇ ਪਰ ਕਦੇ ਪਿੱਛੇ ਨਹੀਂ ਹਟਣਗੇ। ਇਸ ਲਈ ਕੱਲ ਸਾਨੂੰ ਭਾਰੀ ਫੌਜ ਤੇ ਦੋਹਰੇ ਹਵਾਈ ਹਮਲੇ ਦੀ ਲੋੜ ਪਵੇਗੀ। ਪਰ ਬਾਲਡਵਿਨ ਮੁਲਰ ਦੇ ਦਿਮਾਗ ਵਿੱਚ ਕੁਝ ਹੋਰ ਚੱਲ ਰਿਹਾ ਸੀ। Sie denken noch an was anderes, Herr General? Hm.
ਤਗੜੇ ਨਾ ਤਗੜੇ ਜੀ। ਸੱਜਣ ਹਾਂ ਸੱਜਣ ਥੱਲੇ ਆ, ਤੇਰਾ ਦਿਮਾਗ ਖਰਾਬ ਹੋ ਗਿਆ, ਉਧਰੋਂ ਦੀ ਇੱਕ ਗੋਲੀ ਆਉਣੀ ਹੈ ਤੇਰਾ ਸਾਰਾ ਕੰਮ ਖਤਮ ਹੋ ਜਾਣਾ। ਥੱਲੇ ਆ ਸੱਜਣ, ਮੈਂ ਕਿਹਾ ਥੱਲੇ ਆ। ਤੂੰ ਠੀਕ ਹੈ ਸੱਜਣ? ਮੈਂ ਠੀਕ ਨਹੀਂ ਹਾਂ ਸੂਬੇਦਾਰ ਸਾਹਿਬ, ਮੈਂ ਸਾਰੀ ਰਾਤ ਸੌ ਨਹੀਂ ਪਾਇਆ। ਅੱਖ ਬੰਦ ਕਰਦਾ ਤਾਂ ਮੈਨੂੰ ਧੀਰਾ ਦਿਖਦਾ, ਧੀਰੇ ਦੇ ਮਾਂ ਦੇ ਸੁਪਨੇ ਦਿਖਦੇ ਆ। ਮੈਨੂੰ ਲਕਸ਼ਮਣ ਦਿਖਦਾ ਸੂਬੇਦਾਰ ਸਾਹਿਬ, ਗੁਰਬਖਸ਼ ਦਿਖਦਾ, ਗੁਲ ਮੁਹੰਮਦ ਦਿਖਦਾ, ਸ਼ਹੀਦ ਹੋਏ ਹਰ ਫੌਜੀ ਦਾ ਮੂੰਹ ਮੇਰੇ ਅੱਖਾਂ ਮੂਹਰੇ ਆਉਂਦਾ ਸੂਬੇਦਾਰ ਸਾਹਿਬ, ਮੈਂ ਸੌ ਨਹੀਂ ਪਾ ਰਿਹਾ। ਤੂੰ ਇੱਕ ਤਰਫਾ ਸੋਚ ਰਿਹਾ, ਦੋਨਾਂ ਬਾਰੇ ਸੋਚ ਰਿਹਾ ਜਿਹੜੇ ਸ਼ਹੀਦ ਹੋ ਚੁੱਕੇ ਨੇ, ਸੱਜਣ ਸਿੰਘ ਉਹਨਾਂ ਬਾਰੇ ਸੋਚ ਜਿਹੜੇ ਤੇਰੇ ਨਾਲ ਖੜੇ ਨੇ, ਉਹਨਾਂ ਬਾਰੇ ਸੋਚ ਜਿਹੜੇ ਬੰਕਰਾਂ ਚ ਲਹੂ ਲੁਹਾਣ ਪਏ ਨੇ, ਜ਼ਖਮੀ ਪਏ ਨੇ, ਮੌਤ ਦੇ ਕਿਨਾਰੇ ਤੇ ਪਏ ਨੇ, ਉਹਨਾਂ ਬਾਰੇ ਸੋਚ। ਜੰਗ ਦੀ ਇਹ ਸੱਚਾਈ ਹੈ ਪੁੱਤਰਾ, ਹਾਲਾਤਾਂ ਨੂੰ ਜਾਣਨਾ ਪੈਂਦਾ ਹੈ। ਤੇ ਹਾਂ ਇੱਕ ਗੱਲ ਹੋਰ, ਇੱਥੇ ਉਹੀ ਬਚ ਸਕਦਾ ਹੈ ਜਿਹੜਾ ਹਿੰਮਤ ਨਾਲ ਕੰਮ ਲਵੇ, ਦਲੇਰੀ ਨਾਲ ਕੰਮ ਲਵੇ, ਸਮਝੇ? ਸਾਡੇ ਡੁੱਲੇ ਖੂਨ ਦੀ ਕੋਈ ਕਦਰ ਵੀ ਪਊਗੀ? ਜਦ ਤੱਕ ਮੈਂ ਨਾ ਕਹਾਂ ਗੋਲੀ ਨਹੀਂ ਚਲਾਉਣੀ। ਕੀ ਲਿਖਿਆ ਸੂਬੇਦਾਰ ਸਾਹਿਬ? ਜਰਮਨ ਫੌਜ ਦਾ ਜਰਨਲ ਲਿਖਦਾ ਹੈ ਕਿ ਮੈਨੂੰ ਪਤਾ ਕਿ ਬਰਤਾਨੀਆ ਸਰਕਾਰ ਆਪਣੇ ਦੇਸ਼ ਤੇ ਰਾਜ ਕਰ ਰਹੀ ਹੈ ਤੇ ਆਪਾਂ ਨੂੰ ਕਠਪੁਤਲੀ ਦੀ ਤਰ੍ਹਾਂ ਨਚਾ ਰਹੀ ਹੈ। ਔਰ ਕਹਿੰਦਾ ਮੈਂ ਬਹਾਦਰ ਬੰਦਿਆਂ ਦੀ ਬਹੁਤ ਕਦਰ ਕਰਦਾ ਤੇ ਹਰ ਪੰਜਾਬੀ ਸਿਪਾਹੀ ਨੂੰ ਉਹ ਜਰਮਨ ਦੀ ਨਾਗਰਿਕਤਾ ਫੌਜ ਦੇ ਵਿੱਚ ਉੱਚੀਆਂ ਉੱਚੀਆਂ ਪਾਦੀਆਂ ਤੇ ਤਿੰਨ ਗੁਣਾ ਤਨਖਾਹ ਦੇਣ ਤਿਆਰ ਕਿ ਪਰਿਵਾਰਾਂ ਨੂੰ ਰੋਟੀ ਪਾਣੀ, ਦੇਖਭਾਲ, ਬੱਚਿਆਂ ਦੀ ਪਰਵਰਿਸ਼, ਬੱਚਿਆਂ ਦੀ ਪੜ੍ਹਾਈ ਲਿਖਾਈ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਪਰ ਉਹਨਾਂ ਦੀ ਇੱਕ ਸ਼ਰਤ ਹੈ, ਬਰਤਾਨੀਆ ਫੌਜ ਦੇ ਜਿੰਨੇ ਸਿਪਾਹੀ ਹੈ ਉਹਨਾਂ ਦੇ ਸਿਰ ਵੱਢ ਦੇ ਤੇ ਟ੍ਰੈਂਚ ਉੱਤੇ ਜਰਮਨ ਝੰਡਾ ਲਹਿਰਾ ਦੇ।
ਦੱਸੋ ਬਾਈ ਕੀ ਕਰਨਾ ਚਾਹੀਦਾ? ਕਰਨਾ ਕੀ ਹੈ ਸੂਬੇਦਾਰ ਸਾਹਿਬ? ਜੇ ਤੁਹਾਡਾ ਫੈਸਲਾ ਉਹੀ ਸਾਡਾ ਫੈਸਲਾ। ਨਹੀਂ, ਇਹ ਲੜਾਈ ਸਾਰਿਆਂ ਦੀ ਹੈ, ਫੈਸਲਾ ਵੀ ਸਾਰਿਆਂ ਦਾ ਹੋਵੇਗਾ। ਨਹੀਂ ਸੂਬੇਦਾਰ ਸਾਹਿਬ, ਤੇਜਾ ਠੀਕ ਹੈ, ਜੋ ਤੁਹਾਡਾ ਫੈਸਲਾ ਉਹੀ ਸਾਡਾ ਫੈਸਲਾ। ਮੈਂ ਕੀ ਕਹਿਣਾ ਸੂਬੇਦਾਰ ਸਾਹਿਬ, ਮੈਂ ਤਾਂ ਤੁਹਾਨੂੰ ਪੁੱਛਦਾ ਸੀ ਵੀ ਸਾਡੀ ਕੋਈ ਕਦਰ ਵੀ ਪਊਗੀ, ਇਹਨਾਂ ਨੇ ਤਾਂ ਸਾਡਾ ਹੀ ਮੁੱਲ ਪਾਤਾ। ਰਹੀ ਗੱਲ ਇਹਨਾਂ ਦੇ ਸਿਰ ਵੱਢਣ ਦੀ, ਪੰਜਾਬੀ ਤਾਂ ਸੱਤ ਬਗਾਨੇ ਪਿੱਛੇ ਆਪਣੀ ਜਾਨ ਦੇ ਦਿੰਦੇ ਆ, ਇਹਨਾਂ ਨਾਲ ਤਾਂ ਫਿਰ ਨਿੱਤ ਬੈਠ ਕੇ ਰੋਟੀ ਖਾਈ ਦੀ। ਜਿਹੜਾ ਕੰਮ ਉਹ ਸਾਨੂੰ ਕਰਨ ਨੂੰ ਕਹਿ ਰਹੇ ਨੇ ਉਹਨੂੰ ਗੱਦਾਰੀ ਕਹਿੰਦੇ ਨੇ, ਤੇ ਗੱਦਾਰੀ ਕਰਨ ਨਾਲੋਂ ਤਾਂ ਅਸੀਂ ਮਰੇ ਚੰਗੇ। ਨਾਲੇ ਜਿੱਥੇ ਇੱਕ ਵਾਰ ਖੜ ਗਏ ਤਾਂ ਖੜ ਗਏ। They may lose Paris. ਲੈ ਵੀ ਮੁੰਡਿਆ, ਲੈ ਬਾਈ ਲਿਆ ਗਲਾਸ। ਥੈਂਕ ਯੂ। ਖਾਓ ਇੱਕ ਇੱਕ ਝੱਕਿਓ ਹੈ, ਲਓ ਵੀ ਲਓ। ਮਗਰਾ ਤੇਰਾ ਗਲਾਸ ਕਿੱਥੇ ਹੈ? ਲੈ ਆ ਫੜ। ਥੈਂਕ ਯੂ। ਲਓ ਲਓ ਵੀ ਮੁੰਡਿਓ, ਕੱਲ ਤੋਂ ਇਹ ਵੀ ਨੀ ਮਿਲਣਾ, ਹੈ ਨੀ ਇਹਨਾਂ ਰਸਦ ਪਾਣੀ ਜਿਹੜੇ ਪੱਟਣ ਦੇ, ਉਹਨਾਂ ਨੂੰ ਜ਼ਿਆਦਾ ਲੋੜ ਹੈ। ਸਬਰ ਰੱਖੋ ਬਸ ਹੁਣ। ਲੁੱਕ, ਵੀ ਬੀਨ ਹੇਅਰ ਓਵਰ ਅ ਮੰਥ ਐਂਡ ਨਥਿੰਗਸ ਹੈਪਨਿੰਗ ਓਵਰ। How can we hold the post? We've hardly any food or ammunition. We've no medicine. We have soldiers who need urgent medical care. We need backup and we need it now. Over. Yes, we are working on that. Backup will be there soon. Till that time, you need to hold the post anyhow. So all the best and over. Bloody hell. Always the same old story. ਕੀ ਗੱਲ ਹੋ ਗਈ ਸੂਬੇਦਾਰ ਸਾਹਿਬ?
ਹੋਣਾ ਕੀ ਸੀ? ਮਹੀਨੇ ਤੋਂ ਉੱਤੇ ਹੋ ਗਿਆ ਆਪਾਂ ਨੂੰ ਇੱਥੇ, ਫੌਜੀਆਂ ਲਈ ਰੋਟੀ ਨਹੀਂ, ਦਵਾਈਆਂ ਨਹੀਂ, ਉੱਤੋਂ ਬੈਕਅਪ ਪਾਰਟੀ ਦਾ ਵੀ ਕੋਈ ਅਤਾ ਪਤਾ ਨਹੀਂ। ਅਸਲਾ ਖਤਮ ਹੋਣ ਤੇ ਆਇਆ ਤੇ ਉੱਤੋਂ ਸਰਕਾਰਾਂ ਦਾ ਰੌਲਾ। ਅਖੇ ਗੱਲਬਾਤ ਚੱਲ ਰਹੀ ਹੈ, ਬਕਵਾਸ। ਤੇ ਹੁਣ ਫਿਰ? ਹੁਣ ਫਿਰ ਕੀ, ਫੌਜੀ ਦਾ ਕੰਮ ਹਰ ਹਾਲਤ ਡਟੇ ਰਹਿਣਾ। ਡਟੇ ਰਹੋ ਜੀ ਸੂਬੇਦਾਰ ਸਾਹਿਬ। ਕਾਲੀ ਪਾ ਲੋ ਵੀ ਮੁੰਡਿਓ, ਖਾਓ ਬ੍ਰੈਡ। ਲੋ ਚਾਚਾ ਜੀ, ਯਾਰ ਅੱਜ ਵੀ ਉਹੀ ਸੁੱਕੀ ਬ੍ਰੈਡ ਖਾਣੀ ਪਊਗੀ। ਚਾਚਾ ਖਾ ਲਾ ਯਾਰ, ਹੁਣ ਕਿਹਨੂੰ ਕਿਹਨੂੰ ਸਮਝਾਵਾਂ ਮੈਂ, ਹੈ ਨੀ ਕੁਛ ਹੋਰ ਖਾਣ ਨੂੰ। ਉਹ ਤਾਂ ਠੀਕ ਹੈ ਸੱਜਣ, ਪਰ ਅੱਜ ਦੇ ਦਿਨ ਸੁੱਕੀ ਬ੍ਰੈਡ ਬਹੁਤ ਚੁਭਦੀ ਆ। ਅੱਜ ਵਿਸਾਖੀ ਆ, ਉਹ ਡਾਕਟਰ ਜਾਂਦਾ ਜਾਂਦਾ ਐਵੇਂ ਤਰੀਕ ਜੀ ਯਾਦ ਕਰਾ ਗਿਆ ਯਾਰ। ਇਹ ਦਿਨ ਤੇ ਪੰਜਾਬੀਆਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲੀ ਵਾਲਾ ਦਿਨ ਹੁੰਦਾ। ਅੱਜ ਦੇ ਦਿਨ ਤੇ ਹਰ ਪੰਜਾਬੀ ਨੇ ਦਿਲ ਦੀਆਂ ਰੀਝਾਂ ਪੂਰੀਆਂ ਕਰਨੀਆਂ ਹੁੰਦੀਆਂ। ਸੋਚ ਸੱਜਣ, ਜੇ ਕਿਤੇ ਪਿੰਡ ਹੁੰਦੇ ਤੇ ਅੱਜ ਧਮਾਲਾ ਪਾਉਂਦੇ ਹੋਣਾ ਸੀ।
ਸੱਜਣ ਵੀਰੇ, ਮੈਨੂੰ ਆਪਣੇ ਨਾਲ ਹੀ ਰੱਖੀ। ਕਿਸੇ ਦਾ ਮਕਸਦ ਉੱਚਾ, ਕਿਸੇ ਦਾ ਡੂੰਘਾ, ਪਰ ਪਤਾ ਨਹੀਂ ਮੇਰਾ ਮਕਸਦ ਹੀ ਵਿੱਚ ਵਿਚਾਲੇ ਜੇ ਹੋਇਆ ਬੰਦਾ। ਮੈਂ ਜਾਣਾ। ਫੌਜ ਨੂੰ ਤੁਹਾਡੀ ਬਹੁਤ ਲੋੜ ਹੈ ਸੂਬੇਦਾਰ ਸਾਹਿਬ। ਅੱਜ ਤਾਂ ਗੁੱਡੀ ਦਾ ਬਹਾਨਾ ਵੀ ਨਹੀਂ ਹੈਗਾ। ਅੱਜ ਕੌਣ ਖਿੱਚ ਲਿਆ ਇੱਥੇ? ਅੱਜ ਤੂੰ ਖਿੱਚ ਲਈ ਮੈਨੂੰ। ਗੱਲਾਂ ਤਾਂ ਜਿੰਨੇ ਮਰਜ਼ੀ ਕਰਾ ਲਓ ਤੁਹਾਡੇ ਤੋਂ, ਅਸਲ ਗੱਲ ਤਾਂ ਇਹ ਆ ਹੁਣ ਤੁਹਾਨੂੰ ਮੈਨੂੰ ਦੇਖਣ ਦੀ ਆਦਤ ਪੈ ਗਈ ਆ। ਸੱਚ ਕਹਿੰਦੀ ਹੈ ਤੂੰ। ਬਸ ਹੁਣ ਇਹੀ ਸੋਚਦਾ ਕਿ ਸਾਧਤ ਤੋਂ ਬਿਨਾਂ ਕਿਵੇਂ ਜੀਵਾਂਗਾ। ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ? ਗੋਰੇ ਸਾਨੂੰ ਸੱਤ ਸਮੁੰਦਰੋਂ ਪਾਰ ਬਰਤਾਨੀਆ ਲੈ ਕੇ ਜਾ ਰਿਹਾ ਜੀਤੀ। ਬਹੁਤ ਵੱਡੀ ਜੰਗ ਲੱਗੀ ਆ ਉੱਥੇ, ਪਤਾ ਨੀ ਕੀ ਹੋਣਾ। ਕੁਛ ਨੀ ਹੋਣਾ, ਬੇਬੇ ਬਾਪੂ ਨੇ ਕੱਤੇ ਦਾ ਵਿਆਹ ਰੱਖਿਆ ਹੋਇਆ। ਏਦਾਂ ਅੱਧਵਾਟ ਛੱਡ ਕੇ ਨੀ ਜਾ ਸਕਦੇ ਤੁਸੀਂ ਮੈਨੂੰ। ਤੇਰੀ ਇਹੀ ਵਾਟ ਤਾਂ ਮੁਕਾਉਣਾ ਹੈ ਜੀਤੀ। ਅੱਜ ਦਾ ਕਿਆ ਪਤਾ ਨੀ, ਸਾਲ ਨੂੰ ਮੁੜਾ, ਦੋ ਸਾਲਾਂ ਨੂੰ, ਜਾਂ ਸ਼ਾਇਦ ਨਾ ਹੀ ਮੁੜਾ। ਮਤਲਬ ਮੇਰੀ ਉਡੀਕ ਨਾ ਕਰੀ ਜੀਤੀ। ਵਿਆਹ ਕਰਾ ਲਈ, ਕਹਿ ਲਿਆ ਜੋ ਕਹਿਣਾ ਸੀ। ਸੱਜਣ,
ਸਾਡੇ ਦੇਸ਼ ਨੂੰ ਆਜ਼ਾਦੀ ਮਿਲ ਜਾਏਗੀ ਸੂਬੇਦਾਰ ਸਾਹਿਬ। ਜ਼ਰੂਰ ਆਜ਼ਾਦ ਹੋਵੇਗਾ, ਜ਼ਰੂਰ ਆਜ਼ਾਦ ਹੋਵੇਗਾ ਪੁੱਤਰ। Served well and honorably, Sajjan Singh. You will always be in our memory. ਗੁਲਾਮੀ ਕਹਿੰਦੇ ਆ, ਗੁਲਾਮੀ। ਉਹ ਤੂੰ ਕੀ ਚਾਹੁੰਦਾ ਹੈ? ਸਲੂਟ ਮਾਰਾ ਦਰਵਾਜ਼ਿਆਂ ਚ ਬੰਦ ਕਰਕੇ ਨਹੀਂ ਰੱਖ ਸਕਦੀ। ਦਾਦਾ ਜੀ ਹਮੇਸ਼ਾ ਮੈਨੂੰ ਸੱਜਣ ਸਿੰਘ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ। ਸੱਜਣ ਸਿੰਘ ਤਪਦੇ ਰੇਗਿਸਤਾਨ ਚ ਪਈ ਪਾਣੀ ਦੀ ਪਹਿਲੀ ਬੂੰਦ ਵਾਂਗ ਸੀ। ਉਸੇ ਸੋਚ ਤੋਂ ਪੈਦਾ ਹੋਇਆ ਛੋਟਾ ਜਿਹਾ ਪੌਦਾ। ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ।